ਪਹੁੰਚਿਆ ਸੀ ਅਤੇ ਭੈਣ ਜੀ ਉਹਨਾਂ ਨੇ ਕਿਹਾ ਵੀ ਅੱਜ ਤਾਂ ਤੁਹਾਡਾ ਲੈਕਚਰ ਰੱਖਿਆ ਹੋਇਆ ਹੈ, ਫਿਰ ਇਸ ਕਰਕੇ ਮੈਨੂੰ ਕੋਈ ਵਿਸ਼ੇ ਦਾ ਨਹੀਂ ਪਤਾ ਵੀ ਕਾਹਦੇ ਬਾਰੇ ਬੋਲਣਾ। ਪਰ ਜ਼ਿੰਦਗੀ ਦੇ ਖੂਬਸੂਰਤ ਪਲ ਉਹੀ ਹੁੰਦੇ ਆ ਜਦੋਂ ਤੁਹਾਨੂੰ ਕੁਝ ਵੀ ਪਤਾ ਨਾ ਹੋਵੇ ਅਤੇ ਤੁਹਾਨੂੰ ਕੁਝ ਕਰਨਾ ਪੈ ਜਾਵੇ, ਫਿਰ ਤੁਹਾਡੀ ਜਿਹੜੀ ਓਰਿਜਨੈਲਿਟੀ ਆ, ਜਿਹੜਾ ਤੁਹਾਡਾ ਅਸਲ ਆ, ਜਿਹੜਾ ਤੁਹਾਡਾ ਯਾਦ ਕੀਤਾ ਨਹੀਂ ਹੈ, ਉਹ ਬਾਹਰ ਨਿਕਲਦਾ। ਇਸ ਕਰਕੇ ਭੈਣ ਜੀ ਉਹਨਾਂ ਨੇ ਮੈਨੂੰ ਉਸ ਥਾਂ 'ਤੇ ਖੜਾ ਕੀਤਾ ਕਿ ਜੋ ਹੈ ਉਹ ਵੀ ਚੱਲੇਗਾ, ਕੋਈ ਯਾਦ ਕੀਤਾ ਨਹੀਂ, ਕੋਈ ਤਿਆਰੀ ਨਹੀਂ। ਕਿਉਂਕਿ ਇੱਕ ਵਾਰੀ ਜਿਹੜੇ ਬਗਦਾਦ ਦੇ ਬਹੁਤ ਵੱਡੇ ਪੀਰ ਹੈ, ਉਹਨਾਂ ਦਾ ਨਾਂ ਅਬਦੁਲ ਕਾਦਰ ਜਿਲਾਨੀ, ਜਿਹਨੂੰ ਸਾਰੇ ਜਿਹੜੇ ਪਾਕਿਸਤਾਨੀ ਪੰਜਾਬ ਦੇ ਜਿਹੜੇ ਬਹੁਤੇ ਜਿਹੜੇ ਆ ਬਣੇ ਹੋਏ ਡੇਰੇ, ਇਹ ਅਬਦੁਲ ਕਾਦਰ ਜਿਲਾਨੀ ਨੂੰ ਗਾਉਂਦੇ ਆ ਜ਼ਿਆਦਾਤਰ। ਉਹਨੂੰ ਪੀਰਾਂ ਨੇ ਪੀਰ ਦਾ ਖਿਤਾਬ ਹਾਸਲ ਹੈ ਅਤੇ ਬੜਾ ਸੋਹਣਾ ਉਹ, ਮਤਲਬ ਕਿ ਗੁਰੂ ਨਾਨਕ ਸਾਹਿਬ ਵੀ ਜਦੋਂ ਆਪਣੀਆਂ ਉਦਾਸੀਆਂ 'ਤੇ ਗਏ ਪੱਛਮ ਵੱਲ, ਤਾਂ ਉਹ ਬਗਦਾਦ ਸ਼ਰੀਫ ਦੇ ਵਿੱਚ ਜਾ ਕੇ ਉਹਨਾਂ ਨੇ ਉੱਥੇ ਉਤਾਰਾ ਕੀਤਾ ਜਿੱਥੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਸੀ ਅਤੇ ਭਾਈ ਗੁਰਦਾਸ ਜੀ ਨੇ ਲਿਖਿਆ ਸੁੰਨ ਮੁੰਨ ਨਗਰੀ ਹੋਈ। ਅਤੇ ਜਿਹੜੇ ਉਹਨਾਂ ਦੇ ਪੁੱਤਰ ਸੀਗੇ ਉਹਨਾਂ ਨੂੰ ਦਸਤਗੀਰ ਸੀ ਉਹਨਾਂ ਦੇ ਪੁੱਤਰ। ਅਤੇ ਦੇਖੋ ਜਿਹੜੇ ਕਈ ਨਾਂ ਆ, ਦੇਖੋ ਕਿੰਜ ਬਣੇ ਹੋਏ ਆ, ਜਿਵੇਂ ਦੁਰਯੋਧਨ ਮਾੜਾ ਯੋਧਾ, ਇਹ ਉਹਦਾ ਅਸਲੀ ਨਾਂ ਨਹੀਂ ਆ, ਦੁਰਯੋਧਨ ਮਾੜਾ ਯੋਧਾ, ਦੁਰਬਣੇ ਮਾੜਾ ਦੁਰਘਟਨਾ, ਇਹ ਉਹਦਾ ਅਸਲੀ ਨਾਂ ਨਹੀਂ ਆ, ਪਰ ਐਂ ਹੀ ਬਣੇ ਹੋਏ ਆ ਇਹ ਨਾਂ। ਇਹਨਾਂ ਦੀ ਖੂਬਸੂਰਤੀ ਇਹ ਹੈ ਕਿ ਇਹਨੂੰ ਜਿਹੜਾ ਉਸ ਵੇਲੇ ਦਾ ਸਮੁੱਚਾ ਮਨ ਸੀ, ਭੋਲਾ ਮਨ ਸੀ, ਭੋਲੇ ਲੋਕ ਸੀ, ਉਹਨਾਂ ਨੇ ਇਸ ਤਰ੍ਹਾਂ ਹੀ ਅੱਗੇ ਟਰੈਵਲ ਕਰਾ ਦਿੱਤਾ ਉਹ ਦੁਰਯੋਧਨ। ਐਂਜੀ ਜਿਹੜਾ ਦਸਤਗੀਰ, ਜਿਹੜਾ ਪੀਰ ਬਗਦਾਦ ਦਾ ਪੁੱਤਰ ਹੈ, ਦਸਤਗੀਰ, ਦਸਤ ਬਣੇ ਉਹਦਾ ਹੱਥ, ਗੀਰ ਬਣੇ ਉਹਦਾ ਫੜਨਾ, ਜਿਵੇਂ ਆਪਾਂ ਕਹਿੰਦੇ ਬਗਲਗੀਰ ਬਾਣੀ, ਦਸਤਗੀਰ ਹੱਥ ਫੜਨਾ, ਜਾਗੀਰ ਜਿਹਨੇ ਜ਼ਮੀਨ ਫੜੀ ਹੋਵੇ, ਹੈ ਨਾ, ਦਲਗੀਰ ਜਿਹਦਾ ਦਿਲ ਫੜਿਆ ਜਾਵੇ, ਦੁਖੀ ਹੋ ਜਾਵੇ, ਜਿਹੜਾ ਆਪਾਂ ਕਹਿੰਦੇ ਉਹ ਬੜਾ ਦਲਗੀਰ ਆ, ਇਹ ਫਾਰਸੀ ਭਾਸ਼ਾ ਦੇ ਲਫ਼ਜ਼ ਆ, ਇਸ ਤਰ੍ਹਾਂ ਬਣੇ ਹੈ। ਐਂਜੋ ਜਿਹੜਾ ਦਸਤਗੀਰ ਜਿਹੜਾ ਹੈ ਉਹਨਾਂ ਦਾ ਪੁੱਤਰ ਦਸਤਗੀਰ, ਇਹਦਾ ਨਾਂ ਅਸਲੀ ਨਹੀਂ ਗਾ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਹਦਾ ਹੱਥ ਫੜਿਆ, ਪੀਰ ਬਗਦਾਦ ਦਾ, ਜਿਹਨੂੰ ਕਿ ਪਿਰਾਨੇ ਪੀਰ ਦਾ ਖਿਤਾਬ ਆ, ਅਤੇ ਜਿਹਦੀ ਕਿ ਇਸਲਾਮਿਕ ਵਰਲਡ ਦੇ ਵਿੱਚ ਮੁਹੰਮਦ ਸਾਹਿਬ ਤੋਂ ਬਾਅਦ ਜਿਹੜੀ ਆ ਬਹੁਤ ਜ਼ਿਆਦਾ ਉਹਦੀ ਇਬਾਦਤ ਕੀਤੀ ਜਾਂਦੀ ਆ, ਉਹ ਪਿਰਾਨੇ ਪੀਰ। ਟੌਪਿਕ ਨਹੀਂ ਦਿੱਤਾ, ਟਾਈਮ ਕਿਉਂ ਦਿੰਦੇ? ਉਹ ਮਤਲਬ ਕਿ ਗੁਰੂ ਸਾਹਿਬ ਉੱਥੇ ਗਏ ਅਤੇ ਉਹਨਾਂ ਨੇ ਉਹਨੂੰ ਜਿਹੜਾ ਆਕਾਸ਼ ਪਤਾਲ ਦੀ ਜਿਹੜੀ ਹੈ ਉਹ ਯਾਤਰਾ ਕਰਾਈ। ਅਤੇ ਇਹਦੇ ਬਾਰੇ ਬਾਹੂ ਨੇ ਵੀ ਬਹੁਤ ਵਧੀਆ ਲਿਖਿਆ, ਸੁਲਤਾਨ ਬਾਹੂ ਜਿਹੜਾ ਸਾਡਾ ਫਕੀਰ ਪੰਜਾਬੀ ਸੂਫੀ ਕਵੀ ਹੈ, ਉਹਨੇ ਵੀ ਜਿਹੜਾ ਮਤਲਬ ਕਿ ਸ਼ਹਿਰ ਬਗਦਾਦ ਦੀਆਂ ਜਿਹੜਾ ਉਹਨੇ ਉੱਥੇ ਕਲਾਮ ਆਪਣਾ ਦੋਹੜਾ ਲਿਖਿਆ ਆ ਉਹ ਬਹੁਤ ਜ਼ਿਆਦਾ ਮਸ਼ਹੂਰ ਆ, ਚਲੋ ਉਹਦੀ ਲੋੜ ਨਹੀਂ ਤਾਂ ਸੁਣਾਉਣ ਦੀ। ਜਿਹੜਾ ਉਹ ਜਦੋਂ ਉਹ ਜਵਾਨ ਸੀ ਪੀਰ ਬਗਦਾਦ ਦੇ, ਤਾਂ ਉਹਦੀ ਮਾਤਾ ਬੜੀ ਗਰੀਬ ਸੀ, ਉਹਨੇ ਉਹਨੂੰ ਪੜ੍ਹਨ ਲਈ ਭੇਜਿਆ। ਉਦੋਂ ਇਸਲਾਮ ਨੇ ਬਹੁਤ ਜ਼ਿਆਦਾ ਵਿੱਦਿਆ ਪੈਦਾ ਕੀਤੀ ਹੈ, ਸਕਾਲਰਸ਼ਿਪ ਪੈਦਾ ਕੀਤੀ ਹੈ, ਅਤੇ ਜਿਹੜੇ ਉਹਨਾਂ ਦੇ ਮੁਹੰਮਦ ਸਾਹਿਬ ਤੋਂ ਬਾਅਦ ਖਲੀਫੇ ਪੈਦਾ ਹੋਏ, ਜਿਵੇਂ ਆਪਣੇ ਅਕਾਲ ਤਖਤ ਦੇ ਜਥੇਦਾਰ ਆ, ਉਹਨਾਂ ਦੇ ਖਿਲਾਫਤ ਪੈਦਾ ਹੋਈ, ਉਹਨਾਂ ਦਾ ਇੰਸਟੀਟਿਊਸ਼ਨ ਆ, ਜਿਵੇਂ ਉਹਨਾਂ ਅਕਾਲ ਤਖਤ, ਜਿਵੇਂ ਰੋਮ ਦੇ ਵਿੱਚ ਜਿਹੜਾ ਵੈਟੀਕਨ ਸਿਟੀ ਦਾ ਚਰਚ ਆ ਇਹ ਈਸਾਈਆਂ ਦਾ, ਜਾਂ ਜਿਹੜੇ ਮਤਲਬ ਕਿ ਹਿੰਦੂ ਧਰਮ ਦੇ ਵਿੱਚ ਚਾਰ ਜਿਹੜੇ ਆ ਮੱਠ ਆ, ਇਹ ਐਂਜੀ ਪੋਲੀਟੀਕਲ ਸੈਂਟਰਸ ਆ, ਨਾਲੇ ਸਪਿਰਚੁਅਲ ਸੈਂਟਰ ਆ, ਨਾਲੇ ਪੋਲੀਟੀਕਲ ਸੈਂਟਰ ਆ। ਹਰ ਇੱਕ ਰਿਲੀਜਨ ਆਪਣੇ ਧਾਰਮਿਕ ਫੈਲਾਅ ਦੇ ਨਾਲ ਜਿੱਥੇ ਸਮਾਜਿਕ ਸੰਸਥਾਵਾਂ ਪੈਦਾ ਕਰਦਾ, ਉੱਥੇ ਪੋਲੀਟੀਕਲ ਸੰਸਥਾਵਾਂ ਵੀ ਪੈਦਾ ਕਰਦਾ ਆ। ਇਹ ਬੜੇ ਜ਼ਰੂਰੀ ਚੀਜ਼ਾਂ ਹੁੰਦੀਆਂ। ਕਈ ਵਾਰੀ ਅੱਜ ਕੱਲ੍ਹ ਜਿਵੇਂ ਰੁਝਾਨ ਚੱਲਦੇ ਧਰਮ ਅਤੇ ਪੋਲੀਟਿਕਸ ਵੱਖਰੇ ਕਰ ਦਿਉ, ਇੰਜ ਨਹੀਂ ਹੋ ਸਕਦੇ। ਇਹ ਪੈਗੰਬਰਾਂ ਨੇ ਇਹ ਅਦਾ ਦੇ ਨਾਲ ਧਰਤੀ ਦੇ ਉੱਤੇ ਕਦਮ ਰੱਖਿਆ ਕਿ ਰਿਲੀਜਨ ਸੁਪਰੀਮ, ਆਤਮਾ ਉੱਚੀ ਆ, ਪਰ ਜਦੋਂ ਇਹ ਧਰਤੀ ਦੇ ਉੱਤੇ ਬਖਸ਼ਿਸ਼ ਕਰੇਗੀ, ਇਹ ਸੋਸ਼ਲ ਇੰਸਟੀਟਿਊਸ਼ਨ ਪੈਦਾ ਕਰੇਗੀ, ਇਹ ਪੋਲੀਟੀਕਲ ਇੰਸਟੀਟਿਊਸ਼ਨ ਪੈਦਾ ਕਰੇਗੀ, ਇਹ ਲੈਂਗੁਏਜ ਪੈਦਾ ਕਰੇਗੀ, ਇਹ ਸਿੰਬਲਸ ਪੈਦਾ ਕਰੇਗਾ, ਇਹ ਟ੍ਰੈਡੀਸ਼ਨਸ ਪੈਦਾ ਕਰੇਗਾ, ਇਹ ਆਪਣੇ ਹਾਣ ਦੀ ਹਿਸਟਰੀ ਪੈਦਾ ਕਰੇਗਾ। ਜਿਹੜਾ ਪ੍ਰੋਫਿਟ ਹਿਸਟਰੀ ਨਾ ਪੈਦਾ ਕਰੇ, ਉਹਦਾ ਗਿਆਨ ਕਿਤਾਬ ਤੱਕ ਸੀਮਤ ਰਹਿ ਜਾਂਦਾ, ਉਹ ਲੋਕਾਂ ਦਾ ਕਲਚਰ ਨਹੀਂ ਬਣਦਾ। ਜਿਹੜਾ ਪ੍ਰੋਫਿਟ ਜ਼ੁਬਾਨ ਨਾ ਪੈਦਾ ਕਰੇ, ਇੱਕ ਲੈਂਗੁਏਜ ਨਾ ਪੈਦਾ ਕਰੇ, ਉਹ ਪ੍ਰੋਫਿਟ ਜਿਹੜਾ ਆ
ਉਹਦੀ ਜਿਹੜੀ ਸ਼ਰਧਾ ਆ ਉਹ ਅਕਹਿਰੇ ਰੂਪ ਦੇ ਵਿੱਚ ਬੰਦੇ ਨੂੰ ਆਰਾਮ ਦਿੰਦੀ ਹੈ। ਉਹ ਧਰਤੀ ਨੂੰ ਐਂ ਨਹੀਂ ਜਿਵੇਂ ਖੁੱਲ੍ਹੀ ਬਾਰਿਸ਼ ਜਿਹੜੀ ਹੈ ਔੜ ਦੇ ਵਿੱਚ ਜ਼ਮੀਨ ਨੂੰ ਰਜਾ ਦਿੰਦੀ ਹੈ, ਇੰਝ ਨਹੀਂ ਫਿਰ ਪੈਗੰਬਰ ਰਜਾਉਂਦੇ। ਫਿਰ ਨਿੱਕੀਆਂ ਨਿੱਕੀਆਂ ਬੂੰਦਾਂ ਜਿਹੀਆਂ ਪੈਂਦੀਆਂ ਚੰਗੀਆਂ ਹੁੰਦੀਆਂ, ਉਹ ਰਿਮ ਚਿਮ ਜੀ ਉਹ ਵੀ ਚੰਗੀ ਹੁੰਦੀ ਹੈ ਅਤੇ ਮਿੱਟੀ ਦੀ ਮਹਿਕ ਵੀ ਉੱਠਦੀ ਹੈ। ਪਰ ਇੱਕ ਸੈਲਾਬ ਨਹੀਂ ਵਗਦਾ ਜਦੋਂ ਪੈਗੰਬਰ ਪੂਰੇ ਨਸ਼ੇ ਦੇ ਵਿੱਚ ਧਰਤੀ 'ਤੇ ਤੁਰਦਾ ਹੈ, ਧਰਤੀ ਵਗ ਵਗ ਹੋ ਜਾਂਦੀ ਹੈ, ਜਿਵੇਂ ਬਹਾਰ ਆਉਂਦੀ ਹੈ ਸਭ ਸੁੱਕੀਆਂ ਟਾਹਣੀਆਂ ਜਿਹੜੀਆਂ ਖਿੜ ਜਾਂਦੀਆਂ, ਇੰਝ ਪੈਗੰਬਰ ਧਰਤੀ 'ਤੇ ਆਉਂਦੇ ਆ। ਇੰਝ ਜਿਹੜੇ ਪੀਰਾਂ ਨੇ ਪੀਰ ਸੀਗੇ ਉਹ ਜਦੋਂ ਆਏ ਉਹ ਮਤਲਬ ਗਰੀਬ ਸੀ ਬਹੁਤ, ਉਹਨਾਂ ਨੂੰ ਪੜ੍ਹਨੇ ਪਾਇਆ ਅਤੇ ਉਹਨਾਂ ਕੋਲ ਨਾ ਉਹਨਾਂ ਨੇ ਸਾਰਾ ਇਲਮ ਜਿਹੜਾ ਕਿਤਾਬਾਂ 'ਚ ਲਿਖ ਲਿਆ। ਇਸਲਾਮ ਦੇ ਜਿਹੜੇ ਖਲੀਫੇ ਸੀ ਉਹਨਾਂ ਨੇ ਸਾਰੇ ਵਰਲਡ ਦੇ ਸਕਾਲਰਸ ਇਕੱਠੇ ਕਰ ਲਏ ਸੀਗੇ, ਅਬਾਸੀ ਖਲੀਫੇ ਉਹਨਾਂ ਨੂੰ ਕਹਿੰਦੇ ਆਪਾਂ। ਉਹਨਾਂ ਨੇ ਸਾਰੇ ਵਰਲਡ ਦੇ ਯੂਨਾਨ ਦੇ ਹਿੰਦੁਸਤਾਨ ਦੇ ਰੋਮ ਦੇ ਸਾਰੇ ਹੀ ਵਰਲਡ ਦਾ ਗਿਆਨ ਜਿਹੜਾ ਆ ਉਹਨਾਂ ਨੇ ਬਗਦਾਦ ਦੇ ਵਿੱਚ ਇਕੱਠਾ ਕਰ ਲਿਆ ਅਤੇ ਬਗਦਾਦ ਦੇ ਵਿੱਚ ਉਸ ਵੇਲੇ 8ਵੀਂ 9ਵੀਂ ਸਦੀ ਦੀਆਂ ਉਸ ਵੇਲੇ ਉਹਨਾਂ ਨੇ ਸਾਰੇ ਗ੍ਰੰਥਾਂ ਦਾ ਅਰਬੀ ਭਾਸ਼ਾ ਦੇ ਵਿੱਚ ਟ੍ਰਾਂਸਲੇਸ਼ਨ ਕਰਾਇਆ। ਗ੍ਰੀਕ ਆ ਜਿਹੜੇ ਤੁਸੀਂ ਪਲੈਟੋ ਵਗੈਰਾ ਪੜ੍ਹਦੇ ਹੋ, ਜੇ ਅਰਬ ਸਕਾਲਰਸ ਨਾ ਹੁੰਦੇ ਪਲੈਟੋ ਹੁਣੀ ਖਤਮ ਹੋ ਗਏ ਸੀ। ਇਹ ਉਹਨਾਂ ਦੇ ਬਚਾਏ ਹੋਏ ਬੱਚੇ ਆ ਅਤੇ ਜਿਹੜਾ ਮਾਡਰਨ ਵਰਲਡ ਪੈਦਾ ਹੋਇਆ ਇਹ ਸਾਰਾ ਜਿਹਦੇ ਵਿੱਚ ਤੁਸੀਂ ਸਾਇੰਸ ਪੜ੍ਹਦੇ ਹੋ ਮੈਡੀਸਨ ਦੀਆਂ ਚੀਜ਼ਾਂ ਪੜ੍ਹਦੇ ਹੋ ਇਹ ਸਾਰੀਆਂ ਕਿੱਥੋਂ ਪੈਦਾ ਹੋਈਆਂ? ਇਹ ਗ੍ਰੈਕੋ ਰੋਮਨ ਕਲਚਰ 'ਚੋਂ ਪੈਦਾ ਹੋਈਆਂ। ਜਦੋਂ ਗ੍ਰੀਕ ਅਤੇ ਰੋਮਨ ਕਲਚਰ ਇਕੱਠਾ ਹੋਇਆ ਇਹਦੇ ਵਿੱਚੋਂ ਦੀ ਜਿਹੜੀਆਂ ਸਾਇੰਸ ਦੀਆਂ ਨਵੀਆਂ ਦਿਸ਼ਾਵਾਂ ਪੈਦਾ ਹੋਈਆਂ ਅਤੇ ਜਿਹੜੀਆਂ ਅੱਜ ਕੱਲ੍ਹ ਸਾਡੀ ਲਾਈਫ ਦੇ ਵਿੱਚ ਡੋਮੀਨੇਟ ਕਰ ਰਹੀਆਂ ਆ। ਅਸੀਂ ਜਿਹੜੀ ਤਿਆਰੀ ਕਰਾ ਰਹੇ ਹਾਂ ਕਿਉਂਕਿ ਇਹਨਾਂ ਇਹ ਜਿਹੜੇ ਚੀਜ਼ਾਂ ਪੈਦਾ ਹੋ ਗਈਆਂ ਇਹਨਾਂ ਨੇ ਇੱਕ ਵਾਰੀ ਤਾਂ ਮਨੁੱਖਤਾ ਨੂੰ ਸੁੱਖ ਦੇ ਦਿੱਤਾ, ਇਹਨਾਂ ਨੇ ਮਨੁੱਖਤਾ ਦੇ ਭਲੇ ਲਈ ਬਹੁਤ ਸਾਰੀ ਖੋਜ ਕਰ ਦਿੱਤੀ, ਇਹਨਾਂ ਨੇ ਸਰੀਰ ਦੀਆਂ ਬਹੁਤ ਬਰੀਕੀਆਂ ਵੀ ਦਿਖਾ ਦਿੱਤੀਆਂ, ਪਰ ਇਹਨਾਂ ਵਿਚਲੇ ਖਲਾਅ, ਇਹਨਾਂ ਵਿਚਲੀ ਲੋਨਲੀਨੈਸ, ਇਹਨਾਂ ਵਿਚਲੇ ਪਦਾਰਥ ਦੀ ਲਾਲਸਾ, ਇਹਨਾਂ ਵਿੱਚ ਬੰਦੇ ਨੂੰ ਜਿਸਮ ਬਣਾਉਣ ਦੀ ਕੋਸ਼ਿਸ਼ ਕਿ ਬੰਦਾ ਨਰੋਲ ਐਨੀਮਲ ਹੈ, ਇਹ ਕੋਸ਼ਿਸ਼ਾਂ ਨੇ ਮਨੁੱਖਤਾ ਦੇ ਵਿੱਚ ਇੱਕ ਫਰਸਟ੍ਰੇਸ਼ਨ ਪੈਦਾ ਕਰ ਦਿੱਤੀ ਅਤੇ ਸਾਡੇ ਕਲਚਰ ਨੂੰ ਵੀ ਸਮਝ ਆਇਆ ਕਿ ਜਿਹੜੀ ਸਾਡੀ ਟ੍ਰੈਡੀਸ਼ਨ ਹੈ ਇਹਦੇ ਵਿੱਚ ਜੋ ਕੁਝ ਪਿਆ ਹੈ ਇਹਨੂੰ ਇਹਦੇ ਡਾਇਲੋਗ ਦੇ ਵਿੱਚ ਲਿਆਓ ਤਾਂ ਕਿ ਜਿਹੜੀ ਆਉਣ ਵਾਲੀ ਜਿਹੜਾ ਇੱਕ ਨਵਾਂ ਸੰਸਾਰ ਪੈਦਾ ਹੋਵੇ ਉਹ ਇਹਨਾਂ ਦੋਹਾਂ ਦੇ ਮੇਲ ਦੇ ਵਿੱਚੋਂ ਦੀ ਪੈਦਾ ਹੋਵੇ ਅਤੇ ਉਹਦੇ ਵਿੱਚ ਸਾਡਾ ਪੰਜਾਬ ਜਿਹੜਾ ਆ ਇਹ ਆਪਣੇ ਗਿਆਨ ਦੇ ਨਾਲ ਆਪਣੀਆਂ ਧਰਮ ਦੀਆਂ ਕਲਚਰ ਦੀਆਂ ਪਰੰਪਰਾਵਾਂ ਨੂੰ ਲੈ ਕੇ ਉਹਦੇ ਵਿੱਚ ਪਾਰਟੀਸਪੇਟ ਕਰੇ। ਸਾਰਾ ਵਰਲਡ ਇੱਕ ਡਾਇਲੋਗ ਕਰਦਾ ਪਿਆ, ਜੋ ਇੰਗਲੈਂਡ ਕੋਲ ਆ ਇੰਗਲੈਂਡ ਆਪਣਾ ਆਪ ਸਾਹਮਣੇ ਕਰ ਰਿਹਾ, ਜੋ ਅਮੈਰੀਕਾ ਕੋਲ ਆ ਉਹ ਕੱਢ ਰਿਹਾ, ਜੋ ਮੁਸਲਿਮ ਵਰਲਡ ਕੋਲ ਆ ਅਰਬ ਕੋਲ ਆ, ਜੋ ਮਿਸਰ ਕੋਲ ਆ, ਜੋ ਲੈਟਿਨ ਕੋਲ ਆ ਲੈਟਿਨ ਅਮੈਰੀਕਾ ਦੇ ਵਿੱਚ ਜਿਹੜੇ ਕੰਟਰੀਜ਼ ਆ ਉਹਨਾਂ ਕੋਲ ਆ, ਇਹ ਸਾਰਾ ਕੁਝ ਇਕੱਠਾ ਹੋ ਰਿਹਾ ਅਤੇ ਉਹਦੇ ਵਿੱਚ ਪੰਜਾਬ ਵੀ ਆਪਣੀ ਹਾਜ਼ਰੀ ਲਵਾਉਣ ਜਾ ਰਿਹਾ। ਇਸੇ ਕਰਕੇ ਅਸੀਂ ਤੁਹਾਨੂੰ ਬੱਚੀਆਂ ਨੂੰ ਇਸ ਪਾਸੇ ਨੂੰ ਤਿਆਰ ਕਰਦੇ ਪਏ ਹਾਂ ਕਿ ਤੁਸੀਂ ਉਹ ਡਾਇਲੋਗ ਜਿਹੜਾ ਆ ਉਹਦੇ ਵਿੱਚ ਆਪਣੀ ਟ੍ਰੈਡੀਸ਼ਨ ਨੂੰ ਜਾਣ ਕੇ ਐਂਟਰ ਕਰੋ। ਜਦੋਂ ਸਾਇੰਸ ਦੀ ਚੜ੍ਹਤ ਪੈਦਾ ਹੋਈ ਸੀ, ਜਦੋਂ ਕੈਮਰਾ ਪੈਦਾ ਹੋਇਆ ਸੀ, ਉਦੋਂ ਲੋਕਾਂ ਨੂੰ ਇਹ ਵਹਿਮ ਹੋ ਗਿਆ ਸੀ ਕਿ ਸ਼ਾਇਦ ਹੁਣ ਪੇਂਟਿੰਗ ਦੀ ਦੁਨੀਆ ਖਤਮ, ਪੇਂਟਰ ਨਹੀਂ ਰਹਿਣੇ। ਪਰ ਜਿਉਂ ਜਿਉਂ ਕੈਮਰਾ ਇੰਪਰੂਵ ਕਰ ਰਿਹਾ ਇਸ ਚੀਜ਼ ਦੀ ਲੋੜ ਵੱਧਦੀ ਜਾ ਰਹੀ ਹੈ ਕਿ ਉਹ ਪੇਂਟਰ ਪੈਦਾ ਹੋਵੇ ਜਿਹੜਾ ਬੰਦੇ ਦੀ ਸ਼ਕਲ ਨੂੰ ਨਹੀਂ ਦੇਖਦਾ, ਬੰਦੇ ਦੀ ਸ਼ਕਲ ਰਾਹੀਂ ਉਹਦੀ ਆਤਮਾ ਨੂੰ ਦੇਖਦਾ, ਕਿਉਂਕਿ ਕੈਮਰਾ ਨਹੀਂ ਦੇਖ ਸਕਦਾ। ਇਸ ਕਰਕੇ ਸਾਇੰਸ ਜਿਉਂ ਜਿਉਂ ਡਿਵੈਲਪ ਕਰ ਰਹੀ ਹੈ ਇਸ ਚੀਜ਼ ਦੀ, ਜਦੋਂ ਨਵੀਂ ਨਵੀਂ ਆਈ ਸੀ ਉਦੋਂ ਲੱਗਦਾ ਸੀ ਵੀ ਸਭ ਰਿਲੀਜਨ ਕੀ ਆ, ਅਫੀਮ ਓਪੀਅਮ ਟੂ ਦਾ ਮਾਸਿਸ, ਮਾਰਕਸ ਨੇ ਕਹਿਤਾ ਸੀ ਇਹ ਲੋਕਾਂ ਨੂੰ ਅਫੀਮ ਵਰਗਾ ਨਸ਼ਾ, ਇਹ ਅੰਧ ਵਿਸ਼ਵਾਸ ਆ, ਇਹ ਵਹਿਮ ਆ, ਇਹ ਗਿਆਨ ਦਾ ਇਹਦੇ ਨਾਲ ਕੋਈ ਟਕਰਾਅ ਨਹੀਂ ਹੋਊਗਾ, ਇਹ ਸਭ ਪਿਛਾ ਪੁਰਾਣੀਆਂ ਗੱਲਾਂ। ਪਰ ਜਿਉਂ ਜਿਉਂ ਸਾਇੰਸ ਸਾਹਮਣੇ ਆਈ ਉਹਦਾ ਅਧੂਰਾਪਣ ਸਾਹਮਣੇ ਆਇਆ, ਉਹਦੀਆਂ ਹੋਰ ਜਿਹੜੀਆਂ ਮਤਲਬ ਕਿ ਜਿਹੜੀਆਂ ਸਾਇਡਸ ਉਹਨੇ ਹਿਊਮਨ ਮਾਇੰਡ ਦੀਆਂ ਕਵਰ ਨਹੀਂ ਕੀਤੀਆਂ, ਉਹ ਸਾਹਮਣੇ ਦ੍ਰਿਸ਼ਟੀਗੋਚਰ ਹੋਈਆਂ, ਲੋਕਾਂ ਨੂੰ ਅਹਿਸਾਸ ਹੋਇਆ ਕਿ ਆਪਣੇ ਕਲਚਰ ਦੀਆਂ ਚੀਜ਼ਾਂ ਨੂੰ ਰਿਲੀਜਨ ਦੀ ਮਿਸਟਰੀ ਨੂੰ ਜਲਾਇਆ ਜਾਵੇ, ਕਿਉਂਕਿ ਰਿਲੀਜਨ ਦੀ ਮਿਸਟਰੀ ਤੋਂ ਬਗੈਰ ਜਿਵੇਂ ਗੰਜੇ ਦੇ ਨਹੁੰ ਆ ਜਾਣ ਉਹ ਆਪਣਾ ਸਿਰ ਖੁਰ ਕਰਕੇ ਲਹੂ ਲਵਾਣ ਕਰ ਲੈਂਦਾ। ਮੈਟਰ ਦੀ ਸਹੂਲਤ ਬਿਲਕੁਲ ਇਸ ਕਿਸਮ ਦੀ ਸਹੂਲਤ ਆ, ਜਿਹੜੇ ਬੰਦੇ ਦੇ ਅੰਦਰ ਸੋਲ ਦਾ ਕਲਚਰ ਨਹੀਂ, ਜਦੋਂ ਉਹਨੂੰ ਪਦਾਰਥ ਦੇ ਦੋਗੇ ਧਰਤੀ ਦੇ ਉੱਤੇ ਵਾਇਲੈਂਸ ਵੱਧ ਜਾਏਗੀ। ਦੇਖੋ ਸਾਡੇ ਸਾਹਮਣੇ ਕਿਸ ਤਰ੍ਹਾਂ ਦੀ ਵਾਇਲੈਂਸ, ਕਿਸ ਤਰ੍ਹਾਂ ਦੇ ਹਥਿਆਰ ਬਣ ਰਹੇ ਆ ਜਿਹੜੇ ਇੱਕ ਸਵਿੱਚ ਦੇ ਨਾਲ ਹੀ ਹਜ਼ਾਰਾਂ ਬੰਦੇ ਖਤਮ ਕਰ ਸਕਦੇ ਆ। ਵਾਇਲੈਂਸ ਦੀ ਬਿਊਟੀ ਵੀ ਖਤਮ ਹੋ ਗਈ, ਜਿਹੜਾ ਤਲਵਾਰ ਨਾਲ ਲੜਨਾ ਆ, ਹਥਿਆਰ ਨਾਲ ਹੱਥ ਨਾਲ ਲੜਨਾ ਆ, ਇਹ ਬਿਊਟੀਫੁੱਲ ਆ। ਪਰ ਜਿਹੜਾ ਇਸ ਕਿਸਮ ਦੇ ਹਥਿਆਰਾਂ ਨਾਲ ਲੜਨਾ, ਬਸ ਜਿਹੜੇ ਸਵਿੱਚ ਹੀ ਨੱਪਣ, ਕੰਪਿਊਟਰ ਹੀ ਚੱਲਣ ਅਤੇ ਦੁਨੀਆ ਖਤਮ ਹੁੰਦੀ ਜਾਏ, ਇਹਦੇ ਨਾਲ ਵਾਇਲੈਂਸ ਵੀ ਨਹੀਂ ਬਿਊਟੀਫੁੱਲ ਹੋ ਗਈ। ਇਸ ਕਰਕੇ ਧਰਤੀ 'ਚੋਂ ਬਿਊਟੀ ਖਤਮ ਹੋ ਰਹੀ ਹੈ। ਤੁਹਾਡੇ ਗੀਤਾਂ ਦੇ ਵਿੱਚੋਂ ਦੀ ਆ ਜਿਹੜੇ ਨਵੇਂ ਗੀਤ ਆ ਰਹੇ ਆ ਇਹ ਕਿੰਨੇ ਖੋਖਲੇ ਜਿਹੇ, ਸਿੱਧੇ ਸਿੱਧੇ ਜਿਹੇ ਆ। ਪੁਰਾਣੇ ਗੀਤ ਸੁਣ ਕੇ ਦੇਖੋ ਉਹਨਾਂ 'ਚ ਕਿੰਨਾ ਰਸ ਆ, ਕਿੰਨੀ ਪੋਇਟਰੀ ਰਿਚ ਹੈ। ਪੁਰਾਣੇ ਲੋਕਾਂ ਦੀ ਮੈਮਰੀ ਦੇਖੋ ਕਿੰਨੀ ਜ਼ਿਆਦਾ ਆ, ਪੁਰਾਣੇ ਲੋਕਾਂ ਦੀ ਡਰੈਸ ਦੇਖੋ ਕਿੰਨੀ ਪਾਵਰਫੁੱਲ ਆ।
ਉਹਨਾਂ ਦੇ ਬਹਿਣ ਦਾ ਸਲੀਕਾ, ਉਹਨਾਂ ਦੇ ਖਾਣ ਦਾ ਸਲੀਕਾ, ਉਹਨਾਂ ਦੀ ਗੱਲਬਾਤ ਦਾ ਸਲੀਕਾ ਉਹ ਜ਼ਿਆਦਾ ਪਾਵਰਫੁਲ ਹੈ। ਇਸ ਕਰਕੇ ਕਿਉਂਕਿ ਜਿਹੜੀ ਸਾਇੰਸ ਹੈ ਬੇਸਿਕਲੀ ਤੁਹਾਡੇ ਨਾਲ ਇੱਕ ਬਜ਼ਾਰੂ ਕਿਸਮ ਦਾ ਵਿਹਾਰ ਕਰਦੀ ਹੈ। ਜਿਸ ਤਰ੍ਹਾਂ ਦਾ ਐਡਵਰਟਾਈਜ਼ਮੈਂਟ ਦਾ ਕਲਚਰ ਪੈਦਾ ਹੋਇਆ, ਉਹਨੇ ਵੂਮੈਨ ਨੂੰ ਬਿਲਕੁਲ ਬਾਜ਼ਾਰ ਦੇ ਵਿੱਚ ਖੜਾ ਕਰ ਦਿੱਤਾ, ਪਰ ਜਿਸ ਤਰ੍ਹਾਂ ਰਿਲੀਜਨ ਨੇ ਵੂਮੈਨ ਪੈਦਾ ਕੀਤੀ, ਉਹ ਤੁਸੀਂ ਦੇਖੋ ਕਿਸ ਤਰ੍ਹਾਂ ਉਹਨੂੰ ਢੱਕ ਢੱਕ ਕੇ ਉਹਲੇ ਦੇ ਵਿੱਚ ਉਹਦੀ ਪਰਦਾਪੋਸ਼ੀ ਦੇ ਵਿੱਚ ਉਹਨੂੰ ਰੱਖਿਆ ਜਾਂਦਾ ਹੈ ਅਤੇ ਉਹਨੂੰ ਉਹਦੀ ਰਿਸਪੈਕਟ ਦੇ ਵਿੱਚ ਰੱਖਿਆ ਜਾਂਦਾ ਹੈ। ਜਿਵੇਂ ਆਪਾਂ ਇੱਕ ਲੈਕਚਰ 'ਚ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਹਿੰਦੂ ਧਰਮ 'ਚ ਰਾਧਾ ਦੇਖੋ, ਸੀਤਾ ਜੀ ਦੇਖੋ, ਇਹ ਕਿੰਨੇ ਕਿਹੜੇ ਲੈਵਲ ਦੀਆਂ ਔਰਤਾਂ ਆ। ਆਪਣੇ ਬੀਬੀ ਭਾਨੀ ਦੇਖੋ, ਮਾਤਾ ਸੁੰਦਰੀ ਜੀ ਦੇਖੋ, ਇਹਨਾਂ ਦੇ ਵੂਮੈਨ ਆ। ਇਹ ਸਾਰੇ ਬੁੱਧ ਧਰਮ ਦੇ ਵਿੱਚ ਜਿਹੜੀ ਸੁਜਾਤਾ ਕਿੱਡੀ ਵੱਡੀ ਲੇਡੀ ਹੈ, ਇਹ ਸਾਰੀਆਂ ਚੀਜ਼ਾਂ, ਪੁਰਾਣਾ ਆਰਕੀਟੈਕਚਰ ਦੇਖੋ, ਪੁਰਾਣੀ ਪੇਂਟਿੰਗ ਦੇਖੋ, ਪੁਰਾਣਾ ਮਿਊਜ਼ਿਕ ਦੇਖੋ, ਬਿਥੋਵਨ ਦੀਆਂ ਸਿੰਫਨੀ ਸੁਣ ਕੇ ਦੇਖੋ ਤੁਸੀਂ ਕਮਾਲ ਕੀਤਾ ਫਿਰ। ਆਪਣੇ ਕਲਾਸੀਕਲ ਮਿਊਜ਼ਿਕ ਦੇ ਵਿੱਚ ਦੇਖੋ, ਗੁਰਬਾਣੀ ਦੇ ਸੰਗੀਤ ਦੇਖੋ, ਸੂਫੀਆਨਾ ਸੰਗੀਤ ਦੇਖੋ, ਇਹ ਸਾਰੀਆਂ ਚੀਜ਼ਾਂ ਬੰਦੇ ਨੂੰ ਭਰਪੂਰ ਕਰਦੀਆਂ। ਪਰ ਜਦੋਂ ਬੰਦੇ ਨੂੰ ਛੋਟੇ ਆਈਡੀਅਲਸ ਦੇ ਦਿੱਤੇ ਜਾਂਦੇ ਆ, ਉਹਦੇ ਆਦਰਸ਼ ਛੋਟੇ ਕਰ ਦਿੱਤੇ ਜਾਂਦੇ। ਮਾਡਰਨ ਮੈਨ ਦਾ ਆਦਰਸ਼ ਕੀ ਹੈ? ਘਰ ਬਾਰ ਜਾਂ ਇੱਕ ਕਾਰ ਦਾ ਝੂਟਾ ਜਾਂ ਅਤੇ ਹੋਰ ਬੜੇ ਸ਼ੌਂਕ ਜੇ, ਉਹਦੀ ਅੰਦਰਲੀ ਲਾਈਫ ਦੀ ਪ੍ਰਵਾਸ ਘੱਟ ਆ, ਉਹਦੇ ਅੰਦਰ ਰਸਾਂ ਦਾ ਚਲਕਹਾ ਘੱਟ ਆ। ਇਸੇ ਕਰਕੇ ਪਾਵਰਫੁਲ ਕਿਸਮ ਦੀ ਵੂਮਨ ਨਹੀਂ, ਪਾਵਰਫੁਲ ਕਿਸਮ ਦਾ ਮੈਨ ਨਹੀਂ। ਚਲੋ ਜਿਹੜੀ ਮੈਂ ਗੱਲ ਤੁਹਾਨੂੰ ਸੁਣਾ ਰਿਹਾ, ਜਿਹੜੇ ਬਗਦਾਦ ਦੇ ਖਜ਼ਾਨੇ ਪੀਰ ਆ, ਉਹ ਬਗਦਾਦ ਸ਼ਹਿਰ ਦੀ ਕੀ ਹੈ ਨਿਸ਼ਾਨੀ? ਉੱਚੀਆਂ ਲੰਬੀਆਂ ਚੀਲਾਂ ਹੋ ਹੈ, ਇਹ ਜਿਹੜਾ ਉਹਦਾ ਦੋੜਾ ਆ ਬਾਬੂ ਦਾ, ਉਹਦੇ ਵਿੱਚ ਇਹ ਨਹੀਂ ਆਉਂਦੇ, ਕਿਉਂਕਿ ਉਹਦਾ ਉੱਚੀਆਂ ਲੰਬੀਆਂ ਚੀਲਾਂ ਜਿਹੜਾ ਬਗਦਾਦ ਸ਼ਹਿਰ ਦੀਆਂ ਆ। ਕਹਿੰਦਾ ਬਗਦਾਦ ਸ਼ਹਿਰ ਦੇ ਟੁਕੜੇ ਮਕਸਾਂ ਕਰਸਾਂ ਮੀਰਾਂ ਮੀਰਾਂ ਹੋ। ਕਹਿੰਦਾ ਬਾਹੂ ਕਹਿੰਦਾ ਮੇਰੀ ਫਕੀਰੀ ਬਗਦਾਦ ਦੇ ਵਿੱਚ ਜਾਏਗੀ, ਪੰਜਾਬ ਦਾ ਸੁਖੀ ਆ, ਬਗਦਾਦ ਨੂੰ ਤੜਪ ਰਿਹਾ। ਪਰ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ? ਪੱਛਮ 'ਚ ਗਏ ਆ, ਉੱਥੋਂ ਦੀ ਯਾਤਰਾ ਕੀਤੀ ਆ, ਬਗਦਾਦ ਦੇ ਪੀਰ ਦਾ ਹੱਥ ਫੜਿਆ ਅਤੇ ਉਹਨੂੰ ਆਕਾਸ਼ ਪਤਾਲ ਦੀ ਯਾਤਰਾ ਕਰਾਈ ਹੈ, ਇਹ ਭਾਈ ਗੁਰਦਾਸ ਜੀ ਨੇ ਲਿਖਿਆ। ਉਹ ਬਗਦਾਦ ਦੇ ਪੀਰ ਜਦੋਂ ਪੜ੍ਹਨ ਜਾ ਰਹੇ ਸੀਗੇ ਤਾਂ ਉਹਨਾਂ ਨੇ ਸਾਰਾ ਇਲਮ ਜਿਹੜਾ ਮਾਸਟਰ ਜੀ ਪੜ੍ਹਾਈ ਗਏ, ਉਸਤਾਦ ਜੀ, ਉਹ ਇਲਮ ਨੂੰ ਲਿਖੀ ਗਏ, ਜੋ ਬੋਲਦੇ ਸੀ ਲਿਖੀ ਗਏ, ਲਿਖ ਕੇ ਗ੍ਰੰਥ ਇਕੱਠੇ ਕਰ ਲਏ। ਚੰਗੇ 10-12 ਸਾਲ ਲਾ ਕੇ ਗ੍ਰੰਥ ਇਕੱਠੇ ਕਰ ਲਏ ਵੀ ਹੁਣ ਮੇਰੇ ਵਰਗਾ ਸਕਾਲਰ ਕੋਈ ਨਹੀਂ, ਕਿਉਂਕਿ ਆਹ ਜਿਹੜਾ ਮਦਰੱਸਾ ਇੰਸਟੀਟਿਊਸ਼ਨ ਹੈ ਇਹਦਾ ਨਿਚੋੜ ਮੈਂ ਲੈ ਚੱਲਿਆ ਅਤੇ ਬਗਦਾਦ ਦੇ ਵਿੱਚ ਹੁਣ ਮੇਰੀ ਇਹ ਸਰਦਾਰੀ ਹੋਏਗੀ। ਊਠ 'ਤੇ ਕਾਫਲਾ ਜਾ ਰਿਹਾ ਸੀ ਬਗਦਾਦ ਵੱਲ ਨੂੰ ਵਾਪਸ, ਊਠ 'ਤੇ ਬੈਠੇ ਜਾ ਰਹੇ ਸੀਗੇ, ਰਾਹ ਦੇ ਵਿੱਚ ਡਾਕੂ ਪੈ ਗਏ, ਕਾਫਲਾ ਲੁੱਟਿਆ ਗਿਆ, ਜੋ ਮਾਲ ਸੀ ਡਾਕੂ ਵਾਲੇ ਬੰਨ ਲਿਆ ਪੰਡਾਂ 'ਚ, ਬੰਦੇ ਬੰਨ ਗਏ ਊਠਾਂ ਦੇ ਮਗਰ ਆਪਣੇ। ਉਹ ਕਹਿਣ ਵੀ ਮੇਰਾ ਸਭ ਕੁਝ ਰੱਖ ਲਓ, ਮੇਰੀਆਂ ਕਿਤਾਬਾਂ ਦੇ ਦਿਓ। ਜਿਹੜੇ ਰਫ ਬੰਦੇ ਹੁੰਦੇ ਆ, ਜਦੋਂ ਤੁਸੀਂ ਆਪਣਾ ਕੋਰਸ ਕਰਕੇ ਇਸ ਕੰਧ ਨੂੰ ਟੱਪੋਗੇ ਉਦੋਂ ਲਾਈਫ ਦੀ ਵੱਡੀ ਰਿਐਲਿਟੀ ਸਮਝ ਆਏਗੀ। ਇੱਥੇ ਬਹਿ ਕੇ ਤਾਂ ਤੁਸੀਂ ਤਿਆਰੀ ਕਰ ਰਹੇ ਹੋ ਲਾਈਫ 'ਚ ਜਾਣ ਦੀ, ਇਹਦੇ ਵਿੱਚ ਤੁਹਾਨੂੰ ਬੜੀਆਂ ਸੁੱਖ ਜੇ ਆ, ਬੜੀਆਂ ਮੌਜਾਂ ਆਈਆਂ, ਤੁਸੀਂ ਆਪਣੇ ਆਪ ਨੂੰ ਆਮ ਲੋਕਾਂ ਨਾਲੋਂ ਵੱਖਰਾ ਜਿਹਾ ਸਮਝਦੇ ਹੋ। ਆਹ ਪਾਥੀਆਂ ਪਥਦੀ ਆ, ਮੈਂ ਤਾਂ ਕਿਤਾਬਾਂ ਪੜ੍ਹਦੀ ਹਾਂ, ਮੈਂ ਕਿੰਨੀ ਕਮਾਲ ਹਾਂ, ਤੁਹਾਨੂੰ ਚੰਗਾ ਜਿਹਾ ਲੱਗਦਾ ਵੀ ਇਹ ਸਾਰੀ ਦਿਹਾੜੀ ਪੋਚੇ ਹੀ ਲਾਈ ਜਾਂਦੀ, ਮੈਂ ਉਸ ਤੋਂ ਦੀ ਬੜੀ ਮੌਜ 'ਚ ਹਾਂ, ਮੈਂ ਪੁਰਾਣੇ ਦੀ ਥਿਊਰੀ ਪੜ੍ਹ ਰਹੀ ਹਾਂ, ਮੈਂ ਆਹ ਕਰ ਦੇਣਾ, ਬੜੇ ਖਿਆਲ ਆ, ਚੰਗੇ ਆ। ਇਹਦੇ 'ਚ ਵੀ ਡੁੱਬ ਜਾਣਾ ਚਾਹੀਦਾ, ਇੱਕ ਵਾਰੀ ਇੱਕ ਵਾਰੀ ਨਸ਼ਾ ਲੈਣਾ ਚਾਹੀਦਾ। ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਸੀ ਮੈਨੂੰ ਲੱਗਦਾ ਸੀ ਜੇ ਯੂਨੀਵਰਸਿਟੀ ਛੁੱਟ ਗਈ ਮੈਂ ਮਰ ਜੂ, ਪਰ ਜਦੋਂ ਮੈਂ ਯੂਨੀਵਰਸਿਟੀ ਛੱਡੀ ਮੈਨੂੰ ਸਮਝ ਆਇਆ ਕਿ ਬਾਹਰ ਦੀ ਲਾਈਫ ਕਿੰਨੀ ਤਾਕਤਵਰ ਆ, ਇਹ ਕਿੰਨੀ ਪਾਵਰਫੁੱਲ ਆ, ਜਿਹੜੀ ਯੂਨੀਵਰਸਿਟੀ ਦੀਆਂ ਕੰਧਾਂ ਦੇ ਅੰਦਰ ਨਹੀਂ ਸੀ। ਬਾਹਰਲੇ ਲੋਕਾਂ ਨੂੰ ਮਿਲਣਾ, ਬੰਦਿਆਂ ਨੂੰ ਮਿਲਣਾ, ਫਸਲਾਂ ਦਾ ਪਤਾ ਹੋਣਾ, ਫਸਲਾਂ ਦੇ ਰੋਗਾਂ ਦਾ ਪਤਾ ਹੋਣਾ, ਕਿਹੜੀਆਂ ਬਿਮਾਰੀਆਂ ਪੈਂਦੀਆਂ, ਕਿਹੜੇ ਇਲਾਜ ਆ ਅਤੇ ਕੀ ਚੱਲਣ ਡਿਆ, ਲਾਈਫ ਦੀ ਧੜਕਣ ਦਾ ਪਤਾ ਹੋਣਾ, ਇਹ ਜ਼ਿਆਦਾ ਵੱਡਾ ਇਲਮ ਆ। ਪਰ ਪਹਿਲਾਂ ਇੰਝ ਹੀ ਚਾਹੀਦਾ ਕਿ ਮੈਂ ਮਰ ਜੂ ਜੇ ਮੈਂ ਇੰਸਟੀਟਿਊਸ਼ਨ ਛੱਡਿਆ। ਐਂ ਉਹ ਜਦੋਂ ਉਹਨਾਂ ਨੇ ਕਿਹਾ ਵੀ ਮੁੰਡਾ ਜਿਹਾ ਕੀ ਐਵੇਂ ਕਿਤਾਬਾਂ ਦੀ ਰੱਟ ਲਈ ਦਾ, ਜਿਹੜੇ ਭੈੜੇ ਬੰਦੇ ਹੁੰਦੇ ਨਾ ਡਾਕੂ, ਜਿਹੜੇ ਇਹੋ ਜਿਹੇ ਲੋਕ ਆ, ਰਫ ਲੋਕ ਜਿਹੜੇ ਆ, ਜਿਹੜੇ ਲਾਈਫ ਨਾਲ ਜੁੜੇ ਹੋਏ ਆ, ਇਹ ਬਹੁਤ ਪਾਵਰਫੁੱਲ ਲੋਕ ਆ। ਜਿਵੇਂ ਫੂਲਣ ਦੇਵੀ ਦੇ ਉੱਤੇ ਫਿਲਮ ਬਣੀ, ਦੇਖੋ ਕਿੰਨੀ ਟੈਰੀਬਲ ਵੂਮੈਨ ਆ, ਉਹਨੇ ਇਕੱਲੀ ਨੇ ਜਿਹੜੀ ਯੂਪੀ ਦੇ ਵਿੱਚ ਰਾਜਪੂਤ ਦੀ ਸਰਦਾਰੀ ਆ, ਠਾਕੁਰ ਦੀ ਸਰਦਾਰੀ ਆ, ਅਤੇ ਠਾਕੁਰ ਉੱਥੋਂ ਦੀਆਂ ਔਰਤਾਂ ਦੀ ਬੇਪਤੀ ਕਿਸ ਤਰ੍ਹਾਂ ਕਰ ਰਹੇ ਆ, ਅਤੇ ਆਪਣੀਆਂ ਔਰਤਾਂ ਨੂੰ ਹਵੇਲੀਆਂ 'ਚ ਡੱਕ ਕੇ ਕਿਸ ਤਰ੍ਹਾਂ ਉਹਨਾਂ ਨਾਲ ਬਦ ਸਲੂਕੀ ਕਰ ਰਹੇ ਆ, ਅਤੇ ਪਸ਼ੂਆਂ ਵਾਲਾ ਬਿਹੇਵੀਅਰ ਕਰ ਰਹੇ ਆ, ਉਸ ਸਾਰੇ ਦਰਦ ਨੂੰ ਇਸ ਡਕੈਤ ਔਰਤ ਨੇ ਆਪਣੇ ਜਿਸਮ 'ਤੇ ਹੰਡਾਇਆ, ਅਤੇ ਆਪਣੀ ਬੇਅਦਬੀ ਨੂੰ ਖੁੱਲ੍ਹੇ ਬਾਜ਼ਾਰ ਦੇ ਵਿੱਚ ਦੇਖਿਆ। ਜਦੋਂ ਜਿਸਮ ਵੀ ਜਿਹੜਾ ਆ ਬਾਜ਼ਾਰ ਦੇ ਵਿੱਚ ਖੜ੍ਹਾ ਸੀ, ਉਸ ਵੇਲੇ ਫੂਲਣ ਦੇਵੀ ਦੇ ਅੰਦਰ ਇੱਕ ਵੂਮਨ ਪੈਦਾ ਹੋ ਰਹੀ ਸੀ ਜਿਹੜੀ ਹਥਿਆਰ ਤੱਕ ਪਹੁੰਚੀ, ਅਤੇ ਉਹਨੇ ਠਾਕਰਾਂ ਦੇ ਜਿਹੜੇ ਚੀਥੜੇ ਪੜਾਏ। ਇੱਕ ਬੜੀ ਵਾਇਲੈਂਟ ਕਿਸਮ ਦੀ ਵੂਮਨ ਆ, ਜਿਹੜੀ ਸ਼ਾਇਦ ਹਿੰਦੁਸਤਾਨ ਮਾਡਰਨ ਇੰਡੀਆ ਦੇ ਵਿੱਚ ਇਸ ਕਿਸਮ ਦੀ ਵੂਮਨ ਨਹੀਂ ਹੋ ਸਕਦੀ। ਪੋਲੇ ਪੋਲੇ ਜਿਹੇ ਲੋਕ ਬਹੁਤ ਆ ਜਿਹੜੇ ਵੱਡੇ ਅਫਸਰ ਬਣ ਕੇ ਸਲੂਟਾਂ ਲੈ ਗਏ। ਇੱਕ
ਪਾਵਰਫੁਲ ਮੈਨ ਧਰਤੀ ਤੇ ਪੈਦਾ ਕਰ ਦੇਣਾ। ਇਹ ਧਰਤੀ ਦੇ ਦੁੱਖ ਸਹਿਣ ਦੇ ਨਾਲ, ਧਰਤੀ ਦੀ ਰਿਐਲਿਟੀ ਸਹਿਣ ਦੇ ਨਾਲ ਪੈਦਾ ਹੁੰਦਾ। ਇਸ ਕਿਸਮ ਦੇ ਜਿਹੜੇ ਵਾਇਲੈਂਟ ਲੋਕ ਆ, ਇਹਨਾਂ 'ਚ ਬਹੁਤ ਕੁਝ ਹੁੰਦਾ। ਇਹਨਾਂ ਨੂੰ ਛੱਡਿਆ ਨਾ ਕਰੋ, ਇਹਨਾਂ ਦੇ ਫੇਸ ਦੇ ਵਿੱਚ ਬਹੁਤ ਕੁਝ ਹੈ। ਇਹ ਕਿਤਾਬਾਂ ਨਾਲ ਵੱਡੇ ਆ ਲੋਕ, ਇਹ ਗ੍ਰੰਥਾਂ ਨਾਲ ਵੱਡੇ ਲੋਕ ਆ, ਜਿਹੜੀਆਂ ਲਾਇਬ੍ਰੇਰੀਆਂ ਵਿੱਚ ਉਹਨਾਂ ਦੇ ਮੋਟੇ ਗ੍ਰੰਥ ਪਏ ਆ। ਇੱਕ ਜਿਉਂਦਾ ਧੜਕਦਾ ਸਰੀਰ ਕਦੀ ਵੀ ਕਿਸੇ ਸਕੂਲ ਨਾਲੋਂ, ਕਾਲਜ ਨਾਲੋਂ ਛੋਟਾ ਨਹੀਂ ਹੋ ਸਕਦਾ। ਉਹ ਫਨਾ ਤਾਲੀਮ ਦਰਸੇ ਬੇਖੁਦੀ ਹੂੰ ਇਸ ਜ਼ਮਾਨੇ ਸੇ, ਮੈਂ ਉਸ ਦਿਨ ਤੋਂ ਹੀ ਮਸਤੀ ਦੇ ਸਬਕ ਵਿੱਚ ਫਨਾ ਹੋ ਚੁੱਕਿਆ। ਜਦੋਂ ਦਾ ਮੈਨੂੰ ਪਤਾ ਲੱਗਾ ਕਿ ਮਜਨੂੰ ਲਾਮ ਅਲਿਫ ਲਿਖਤਾ ਥਾ ਦੀਵਾਰੇ ਦਵਿਸਤਾਂ ਪਰ, ਕਿ ਮਜਨੂੰ ਸਕੂਲ ਦੀ ਕੰਧ ਤੇ ਜਾ ਕੇ ਨੋ ਲਿਖਾਉਂਦਾ ਸੀ, ਮੈਂ ਨਹੀਂ ਇੱਥੇ ਜਾਣਾ। ਦੇਖੋ ਕਟਕਮਾ ਕਿ ਵੱਡਾ ਪੈਸ਼ਨ ਕਦੇ ਵੀ ਇਸ ਕਿਸਮ ਦੀਆਂ ਬੁਝੀਆਂ ਹੋਈਆਂ ਸੰਸਥਾਵਾਂ ਦੇ ਵਿੱਚੋਂ ਨਹੀਂ ਪੈਦਾ ਹੁੰਦਾ। ਵੱਡਾ ਪੈਸ਼ਨ ਧਰਤੀ ਦੀ ਛੂਹ ਚੋਂ ਪੈਦਾ ਹੁੰਦਾ, ਜਦੋਂ ਬੰਦਾ ਹਰ ਘੜੀ ਮਰਨ ਲਈ ਤਿਆਰ, ਜਦੋਂ ਬੰਦਾ ਹਰ ਘੜੀ ਦੂਜੇ ਦੇ ਪਿੱਛੇ ਜਾਣ ਲਈ ਤਿਆਰ। ਇਹੋ ਜਿਹਾ ਪੈਸ਼ਨ, ਕੋਈ ਗਿਆਨ ਨਹੀਂ ਆ ਮੇਰੀਆਂ ਗੱਲਾਂ ਫੜ ਲਓ ਵੀ ਆਹ ਗੱਲ ਉਹਨੇ ਕਹੀ ਆ, ਲਿਖ ਲਓ, ਇਹਦਾ ਕੋਈ ਫਾਇਦਾ ਨਹੀਂ। ਇੱਥੇ ਅੱਗ ਲੱਗਣੀ ਚਾਹੀਦੀ ਹੈ ਬਸ। ਜਿਹਦੇ ਸੀਨੇ 'ਚ ਜ਼ਿਆਦਾ ਵੱਡੀ ਲਾਟ ਆ, ਉਹਦੀ ਰੋਸ਼ਨੀ ਵੱਡੀ ਹੈ, ਉਹੀ ਧਰਤੀ ਦੇ ਉੱਤੇ ਸੋਹਣਾ ਕਦਮ ਰੱਖੇਗਾ। ਬਾਕੀ ਠੀਕ ਹੈ, ਬਾਕੀ ਦੁਨੀਆ ਭੁਗਤ ਰਹੀ ਹੈ, ਭੁਗਤ ਜਾਣਗੇ ਲੋਕ। ਇੰਜ ਜਿਹੜਾ ਡਾਕੂਆਂ ਨੂੰ ਬੜੀ ਰਿਐਲਿਟੀ ਪਤਾ ਹੁੰਦੀ ਹੈ। ਦੇਖੋ ਡਾਕੂ ਨੇ ਤੁਹਾਡੇ ਸਾਹਮਣੇ ਇੱਕ ਸੇਂਟ ਪੈਦਾ ਕੀਤਾ, ਹੋ ਸਕਦਾ ਕਾਲਜਾਂ ਨੇ ਨਾ ਪੈਦਾ ਕੀਤੇ ਹੋਣ, ਇੱਕ ਡਾਕੂ ਨੇ ਪੈਦਾ ਕੀਤਾ। ਉਹ ਡਕੈਤ ਨੇ ਜਿਹੜਾ ਸਾਰਾ ਸਮਾਨ ਵੱਡਾ, ਕਹਿੰਦਾ ਇਹਨੂੰ ਬੰਨ ਦਾ ਉੱਥੇ, ਬਾਅਦ 'ਚ ਦੇਖਦੇ ਇਹਦੇ ਨਾਲ। ਉਹਨਾਂ ਨੇ ਬੰਨਤਾ ਉਹਨੂੰ ਅਤੇ ਉਹ ਸਾਰਾ ਸਮਾਨ ਸਮੂਹ ਲੁੱਟਿਆ, ਬੰਦੇ ਬੁੰਦੇ ਜੋ ਕਰਨਾ ਸੀ ਉਹ ਕਰਕੇ ਵਿਹਲੇ ਹੋ ਗਏ। ਕਹਿੰਦਾ ਲਿਆਓ ਉਹਨੂੰ, ਇਹ ਕੀ ਆ, ਮੈਂ ਜਿੱਦ ਪਿਆ ਵੀ ਆਹ ਮੇਰੇ ਗ੍ਰੰਥ ਦੇ ਦੇ, ਬਾਕੀ ਸਭ ਕੁਝ ਰੱਖ ਲਾ। ਉਹ ਕਹਿੰਦਾ ਕਾਕਾ ਕੀ ਗੱਲ ਆ? ਉਹ ਕਹਿੰਦਾ ਜੀ ਮੇਰੇ ਆਹ ਗ੍ਰੰਥ ਦੇ ਦਿਓ, ਬਾਕੀ ਸਾਰਾ ਕੁਝ ਰੱਖ ਲਓ, ਮੇਰੀ ਬੜੀ ਮਿਹਨਤ ਆ। ਕਹਿੰਦਾ ਕੀ ਆ? ਕਹਿੰਦਾ ਜੀ ਮੈਂ 12 ਸਾਲ ਮਦਰੱਸੇ 'ਚ ਬਣਿਆ ਫਲਾਣੇ ਕੋਲੋਂ, ਅਤੇ ਜੇ ਕਹਿੰਦਾ ਮੇਰੇ ਸੜ ਗਏ ਤਾਂ ਮੇਰੇ 12 ਸਾਲ ਜ਼ਿਆਦਾ ਲੱਗਣੇ ਆ। ਉਹ ਕਹਿੰਦਾ ਜੇ ਮੈਂ ਸੁੱਟਦਾ ਤਾਂ ਤੇਰੇ 12 ਸਾਲ ਗਏ? ਕਹਿੰਦਾ ਜੀ ਗਏ। ਕਹਿੰਦਾ ਕੀ ਫਾਇਦਾ ਇਹੋ ਜਿਹੀ ਪੜ੍ਹਾਈ ਦਾ ਜਿਹੜੀ ਮੇਰੇ ਖੱਬੇ ਹੱਥ 'ਚ ਆ? ਕਹਿੰਦਾ ਜਾ ਲੈ ਆ, ਜਿਹੜੀ ਵਿੱਦਿਆ ਹੀ ਤੇਰੇ ਰਗਾਂ 'ਚ ਨਹੀਂ ਉਤਰੀ, ਉਹ ਵਿੱਦਿਆ ਕਾਹਦੀ ਵਿੱਦਿਆ? ਜਿਹੜੇ ਫਿਰ ਪੀਰ ਬਗਦਾਦ ਸੀਗੇ, ਉਹ ਜਿਹਨਾਂ ਨੂੰ ਸਾਰਾ ਇਸਲਾਮਿਕ ਵਰਲਡ ਗਾਉਂਦਾ, ਨੁਸਰਤ ਸਾਹਿਬ ਗਾਉਂਦਾ ਗਾਉਂਦਾ ਪਾਗਲ ਹੋ ਜਾਂਦਾ, ਉਹਨੂੰ ਇੰਨਾ ਉਹਦਾ ਸਤਿਕਾਰ ਆ। ਉਹ ਪੈਦਾ ਕਿੱਥੋਂ ਹੋਇਆ? ਡਾਕੂ ਦੇ ਖੱਬੇ ਹੱਥ ਦੀ ਮਿਹਰਬਾਨੀ 'ਚ, ਵੀ ਜਾ ਛੱਡਿਆ ਅੱਲਾ ਚੱਕ। ਉਹਨੇ ਘਰੇ ਗਿਆ, ਸਾਰੀਆਂ ਕਿਤਾਬਾਂ ਚੇਤੇ ਕਰ ਲਈਆਂ, ਅੱਗ 'ਚ ਸੁੱਟ ਦੀਆਂ, ਇਹ ਕਿਸੇ ਕੰਮ ਦੀਆਂ ਨਹੀਂ। ਜੋ ਚੇਤੇ ਕੀਤਾ ਉਹਨੂੰ ਆਪਣੇ ਅਮਲ ਦੇ ਵਿੱਚ ਲਿਆਂਦਾ। ਜਿੰਨਾ ਚਿਰ ਦਿਮਾਗ ਖੁਰਕੇ ਥੱਲੇ ਨਹੀਂ ਆਉਂਦਾ, ਦਿਲ 'ਚ ਨਹੀਂ ਆਉਂਦਾ, ਦਿਲ ਵੱਡੀ ਰਿਐਲਿਟੀ ਹੈ। ਇਹਨੂੰ ਸੂਫੀ ਕਹਿੰਦੇ ਦ ਹਾਰਟ, ਜਿਹਨੂੰ ਆਪਾਂ ਅਰਬੀ 'ਚ ਕਹਿੰਦੇ ਕਲਬ। ਖਿਲੇ ਤਿੰਨਾਂ ਦੇ ਬਾਗ ਕਲੂਬ ਅੰਦਰ, ਜਿਹਨਾਂ ਕੀਤਾ ਹੈ ਇਸ਼ਕ ਕਬੂਲ ਮੀਆਂ। ਵਾਰਿਸ਼ਾ ਕਹਿੰਦਾ ਕਲੂਬ ਕਲਬ ਦਾ ਪਲੂਰਲ, ਦਿਲ। ਉਹਨਾਂ ਦੇ ਦਿਲਾਂ ਵਿੱਚ ਹੀ ਬਾਗ ਖਿੜੇਗਾ। ਬਾਗ ਦਾ ਮਤਲਬ ਹੈ ਇਸਲਾਮ ਦੇ ਮੁਤਾਬਕ ਜਾਂ ਬਾਈਬਲ ਦੇ ਮੁਤਾਬਕ, ਉਹ ਬਾਗ ਜਿਹਦੇ ਵਿੱਚ ਆਦਮ ਅਤੇ ਹਵਾ ਰਹਿੰਦੇ ਸੀ, ਭਾਵ ਉਹ ਪਹਿਲੀ ਅਵਸਥਾ ਮਨੁੱਖ ਦੀ ਜਿਹਦੇ 'ਚ ਬੰਦਾ ਪਿਓਰ ਸੀਗਾ। ਉਹ ਜਦੋਂ ਨੇ ਇਮਪਿਓਰਿਟੀ ਲਿਆਂਦੀ ਆਪਣੇ 'ਚ, ਉਸ ਬਾਗ ਤੋਂ ਡਿੱਗ ਪਿਆ। ਹੁਣ ਸਾਰਾ ਯਤਨ ਉਹਦਾ ਇਹ ਹੈ ਕਿ ਉਸ ਪ੍ਰੀਮੋਡੀਅਲ ਇਨੋਸੈਂਸ ਦੇ ਵਿੱਚ ਐਂਟਰ ਕੀਤਾ ਜਾਵੇ, ਉਸ ਆਦਿਵਾਦੀ ਇਨੋਸੈਂਸ ਦੇ ਵਿੱਚ ਕਿਸ ਤਰ੍ਹਾਂ ਜਾਇਆ ਜਾਵੇ, ਉਸ ਪਹਿਲੇ ਪਿਆਰ ਦੀ ਘੜੀ ਦੇ ਵਿੱਚ ਕਿੰਝ ਦੁਬਾਰਾ ਉਤਰਿਆ ਜਾਵੇ। ਕਿਉਂਕਿ ਪਿਆਰ ਦੀਆਂ ਪਵਿੱਤਰ ਦਿਸ਼ਾਵਾਂ ਪਹਿਲੇ ਇਸ਼ਾਰਿਆਂ 'ਚ ਜ਼ਿਆਦਾ ਹੈ। ਜਿਵੇਂ ਬੱਚਾ ਜ਼ਿਆਦਾ ਮਸੂਰ ਹੁੰਦਾ ਕਿਉਂਕਿ ਉਹਦੇ ਪਿੰਡੇ ਦੇ ਵਿੱਚ ਰੱਬ ਦੀ ਛੋਹ ਅਜੇ ਜਿਉਂਦੀ ਹੈ। ਇੰਝ ਦੀਆਂ ਗੱਲਾਂ ਇਹ ਜਿਹੜੇ ਫਿਰ ਇਹ ਜਿਹੜੀਆਂ ਚੀਜ਼ਾਂ ਆ, ਇਹ ਹਰ ਇੱਕ ਏਜ ਜਿਹੜੀ, ਹਰ ਇੱਕ ਟਾਈਮ ਜਿਹੜਾ ਆ ਜਿਹਦੇ ਵਿੱਚ ਤੁਸੀਂ ਜੀ ਰਹੇ ਹੋ, ਇਸ ਟਾਈਮ ਨੇ ਤੁਹਾਡੇ ਸਾਹਮਣੇ ਹਜ਼ਾਰਾਂ ਕਿਸਮ ਦੀਆਂ ਰੁਕਾਵਟਾਂ ਖੜੀਆਂ ਕਰਨੀਆਂ, ਹਜ਼ਾਰਾਂ ਕਿਸਮ ਦੇ ਧੋਖੇ ਖੜੇ ਕਰਨੇ ਆ। ਕਿਉਂਕਿ ਜਿਹੜੀਆਂ ਸ਼ੈਤਾਨੀ ਚੀਜ਼ਾਂ ਆ, ਇਹ ਜ਼ਿਆਦਾ ਲਿਸ਼ਕਦੀਆਂ, ਇਹ ਜ਼ਿਆਦਾ ਲਿਸ਼ਕ ਕੇ ਆਉਂਦੀਆਂ, ਇਹ ਜ਼ਿਆਦਾ ਸੱਚ ਦਾ ਪਰਢੋਲ ਕਰਕੇ ਆਉਂਦੀਆਂ। ਇਸ ਕਰਕੇ ਜਿਹੜੇ ਕਮਜ਼ੋਰ ਮਨ ਨੇ ਉਹ ਠੱਗੇ ਜਾਣਗੇ। ਰਿਲੀਜਨ ਦੀ ਛਾਂ ਥੱਲੇ ਬੰਦੇ ਠੱਗੇ ਜਾਂਦੇ ਆ। ਇਹ ਨਹੀਂ ਕਿ ਰਿਲੀਜਨ ਤੋਂ ਦੂਰ ਰਹਿ ਕੇ ਬੰਦੇ ਠੱਗੇ ਜਾਂਦੇ ਆ, ਰਿਲੀਜਨ ਦੇ ਘਰ 'ਚ ਬੈਠੇ ਬੰਦੇ ਠੱਗੇ ਜਾਂਦੇ ਆ। ਗੁਰੂ ਸਾਹਿਬ ਦੇ ਪ੍ਰਿਥੀ ਚੰਦ ਗੁਰੂ ਸਾਹਿਬ ਦਾ ਦੇਖੋ ਭਰਾ ਆ, ਗੁਰੂ ਸਾਹਿਬ ਦਾ ਮੁੰਡਾ ਆ, ਘਰੇ ਬੈਠਾ ਠੱਗਿਆ ਦਾ। ਇਹ ਕੋਈ ਜ਼ਿਆਦਾ ਦੂਰ ਵਾਲੀਆਂ ਗੱਲਾਂ ਨੇਗੀਆਂ। ਇਹ ਜਿਹੜਾ ਇੱਕ ਮੈਂ ਇਹਦੇ ਵਿੱਚ ਤੁਹਾਨੂੰ ਚੀਜ਼ ਦੱਸਣਾ ਚਾਹੁੰਦਾ ਕਿ ਜਿਹੜਾ ਰਿਲੀਜਨ ਨੂੰ ਪ੍ਰੋਫਿਟ ਦੇ ਵਿੱਚ ਹੀ ਦੇਖਣਾ ਚਾਹੀਦਾ, ਉਸ ਤੋਂ ਬਾਹਰ ਨਹੀਂ ਦੇਖਣਾ ਚਾਹੀਦਾ। ਜਦੋਂ ਤੁਸੀਂ ਧਰਤੀ 'ਤੇ ਰਿਲੀਜਨ ਦੀ ਤਲਾਸ਼ ਕਰਦੇ ਹੋ ਤਾਂ ਇਹ ਤਲਾਸ਼ ਬੇਸਿਕਲੀ ਕੋਈ ਤੁਹਾਡੇ ਤੋਂ ਬਾਹਰ ਨਹੀਂ ਪਈ ਹੋਈ। ਇਹਨੂੰ ਇੰਝ ਨਾ ਸਮਝੋ ਮੈਨੂੰ ਉੱਥੇ ਕਿਤੇ ਜਾ ਕੇ ਰਿਲੀਜਨ ਮਿਲੇਗਾ, ਮੈਨੂੰ ਫਲਾਣੇ ਬੰਦੇ ਤੋਂ ਰਿਲੀਜਨ ਮਿਲੇਗਾ, ਫਲਾਣੇ ਲੈਕਚਰ 'ਚੋਂ ਮਿਲੇਗਾ। ਇਹ ਆਸਰੇ ਸਭ ਦਗਾ ਦੇਣ ਵਾਲੇ ਆ। ਤੁਹਾਨੂੰ ਤੁਹਾਡੇ ਵਿੱਚੋਂ ਰਿਲੀਜਨ ਮਿਲੇਗਾ, ਅਤੇ ਜਿਹੜੇ ਲੈਕਚਰ, ਜਿਹੜੇ ਪੜ੍ਹਾਈ, ਜਿਹੜੇ ਗ੍ਰੰਥ ਤੁਹਾਨੂੰ ਆਪਣੇ ਆਪ ਦੇ ਸਾਹਮਣੇ ਨਹੀਂ ਕਰਦੇ, ਆਪਣੇ ਆਪ ਦੇ ਰੂਬਰੂ ਨਹੀਂ ਕਰਦੇ,
ਜਿੰਨਾ ਚਿਰ ਤੁਸੀਂ ਆਪਣੇ ਆਪ ਦੇ ਨਾਲ ਟਕਰਾਉਂਦੇ ਨਹੀਂ ਉਹਨਾਂ ਚਿਰ ਤੁਹਾਡੇ ਅੰਦਰਲੀ ਮਹਿਕ ਤੁਹਾਡੇ ਸਰੀਰ ਦੇ ਵਿੱਚ ਭੁਲੇਗੀ ਨਹੀਂ ਉਹਨਾਂ ਚਿਰ ਬਗਾਨੀਆਂ ਚੀਜ਼ਾਂ ਤਾਂ ਹਿਰਨ ਦੀ ਕਿੰਨੀ ਸੋਹਣੀ ਉਦਾਹਰਣ ਹੈ ਕਿ ਹਿਰਨ ਦੀ ਧੁਨੀ ਦੇ ਵਿੱਚ ਨਾਫੇ ਦੇ ਵਿੱਚ ਜਿਹੜੀ ਹੈ ਕਸਤੂਰੀ ਹੈ ਉਹਦੀ ਮਹਿਕ ਫੈਲਦੀ ਹੈ ਉਹਨੂੰ ਲੱਗਦਾ ਕਿਤੇ ਬਾਹਰ ਆ ਉਹ ਬਾਹਰ ਭੱਜਿਆ ਫਿਰਦਾ ਹੈ ਕੋਈ ਉਹ ਸਾਥ ਮਿਲ ਜੇ ਬੰਦੇ ਨੂੰ ਉਹ ਮਾਹੌਲ ਮਿਲ ਜੇ ਬੰਦੇ ਨੂੰ ਉਹ ਰਾਹ ਮਿਲ ਜੇ ਬੰਦੇ ਨੂੰ ਜਿਹੜਾ ਬੰਦੇ ਨੂੰ ਆਪਣੇ ਆਪ ਦੇ ਨਾਲ ਦਾ ਯਾਰਾਨਾ ਪਵਾ ਦੇਵੇ ਜਦੋਂ ਤੁਹਾਡਾ ਆਪਣੇ ਆਪ ਦੇ ਨਾਲ ਯਾਰਾਨਾ ਪੈਂਦਾ ਕਿਸੇ ਚੀਜ਼ ਦੀ ਲੋੜ ਨਹੀਂ ਰਹਿੰਦੀ ਬਰਾਏ ਨਾਮ ਵੀ ਆਪਣਾ ਨਾ ਕੁਛ ਬਾਕੀ ਨਿਸ਼ਾਨ ਰੱਖਣਾ ਫਿਰ ਲੋੜ ਹੀ ਨਹੀਂ ਰਹਿੰਦੀ ਕਿ ਮੇਰੇ ਨਾਂ ਦੇ ਕੋਈ ਥਾਂ ਵੀ ਰਵੇ ਇਕੱਲਾ ਹੀ ਬਹੁਤ ਆ ਜਿਸ ਤਰ੍ਹਾਂ ਬੰਦਾ ਹੈ ਕਿਉਂਕਿ ਬੰਦੇ ਦੀ ਜਿਵੇਂ ਪੂਰਨ ਸਿੰਘ ਕਹਿੰਦਾ ਕਿ ਜਿਹੜੀ ਹਿਮਾਲਿਆ ਦੀ ਲਿਸ਼ਕ ਦੀ ਚੋਟੀ ਹੈ ਇਹ ਮੇਰੀ ਦਸਤਾਰ ਦੇਖੋ ਤੁਸੀਂ ਜਿਵੇਂ ਗੁਰੂ ਨਾਨਕ ਸਾਹਿਬ ਆਰਤੀ 'ਚ ਕਹਿੰਦੇ ਆ ਕਿ ਸਾਰੀ ਕਾਇਨਾਤ ਇੱਕ ਥਾਲ ਵਾਂਗੂ ਆ ਅਤੇ ਉਹਦੇ ਵਿੱਚ ਜਿਹੜੇ ਆ ਚੰਦਰਮਾ ਅਤੇ ਸੂਰਜ ਜਿਹੜੇ ਆ ਇਹ ਮੋਤੀਆਂ ਵਾਂਗੂ ਉਹਦੇ ਵਾਂਗੂ ਦੀਵਿਆਂ ਵਾਂਗੂ ਹਨ ਅਤੇ ਤਾਰੇ ਮੋਤੀਆਂ ਵਾਂਗੂ ਹਨ ਅਤੇ ਮਨਿਆਲੋ ਪਰਬਤ ਦੀ ਹਵਾ ਜਿਹੜੀ ਹੈ ਜਿੱਥੇ ਕਿ ਚੰਦਨ ਦੇ ਰੁੱਖ ਆ ਉਹ ਮਹਿਕ ਖਿਲਾਰਦੀ ਪਈ ਆ ਆਹ ਥਾਲੀ ਦੇ ਵਿੱਚ ਰੱਬ ਦੀ ਆਰਤੀ ਨਹੀਂ ਹੋ ਸਕਦੀ ਸਾਰੀ ਕਾਇਨਾਤ ਹੀ ਬੰਦੇ ਦਾ ਸਰੀਰ ਆ ਜਦੋਂ ਪੂਰਨ ਸਿੰਘ ਜਪਾਨ 'ਚ ਪੜ੍ਹਦਾ ਸੀ ਉਹ ਵੀ ਸਾਇੰਸ ਦੀ ਪੜ੍ਹਾਈ ਕਰਦਾ ਸੀ ਬਹੁਤ ਵੱਡਾ ਸਾਇੰਟਿਸਟ ਸੀ ਪੂਰਨ ਸਿੰਘ ਉਹਦੇ 165 ਲੇਖ ਸਾਇੰਸ ਦੇ ਉੱਤੇ ਲਿਖੇ ਹੋਏ ਆ ਬਾਕੀ ਉਹਦੇ ਲਿਟਰੇਚਰ ਦੀਆਂ ਕਿਤਾਬਾਂ ਲਿਖੀਆਂ ਉਹ ਜਦੋਂ ਜਪਾਨ 'ਚ ਸਟੱਡੀ ਕਰਦਾ ਸੀ ਜਦੋਂ ਜਪਾਨ 'ਚ ਔਰਗੈਨਿਕ ਕੈਮਿਸਟਰੀ ਦੀ ਉਹਨੇ ਕੀਤੀ ਸੀਗੀ ਡਿਗਰੀ ਉਹ ਜਦੋਂ ਪਾਸ ਆਊਟ ਹੁੰਦੇ ਸੀ ਤਾਂ ਜਪਾਨ ਦੀ ਟ੍ਰੈਡੀਸ਼ਨ ਸੀ ਕਿ ਜਿਹੜੇ ਸਟੂਡੈਂਟ ਸੀ ਉਹਨਾਂ ਨੂੰ ਨਾ ਉਹਨਾਂ ਦੀ ਪਸੰਦ ਦਾ ਮਿਊਜ਼ਿਕ ਸੁਣਾਇਆ ਜਾਂਦਾ ਸੀ ਪੂਰਨ ਸਾਰਿਆਂ ਦੇ ਪਸੰਦ ਦਾ ਉਹਨੇ ਕਿਸੇ ਨੇ ਕਿਹਾ ਫਲਾਣਾ ਇੰਸਟਰੂਮੈਂਟ ਵਜਾਓ ਫਲਾਣਾ ਵਜਾਓ ਸਾਰਿਆਂ ਦਾ ਵਜਾਇਆ ਗਿਆ ਜਦੋਂ ਪੂਰਨ ਸਿੰਘ ਦੀ ਵਾਰੀ ਆਈ ਉਹਨੂੰ ਕਹਿੰਦੇ ਦੱਸ ਵੀ ਤੂੰ ਵੀ ਸੁਣਨਾ ਕਹਿੰਦਾ ਮੈਨੂੰ ਉਹ ਸਾਜ਼ ਸੁਣਾਓ ਕਹਿੰਦਾ ਮੈਂ ਸਿੱਖ ਹਾਂ ਮੈਨੂੰ ਉਹ ਸਾਜ਼ ਸੁਣਾਓ ਮੇਰੀ ਰੂਹ ਜਿਹੜੀ ਆ ਬੜੀ ਭੁੱਖੀ ਹੈ ਕਹਿੰਦਾ ਮੈਨੂੰ ਉਹ ਸਾਜ਼ ਸੁਣਾਓ ਜਿਹਦਾ ਇੱਕ ਸਿਰਾ ਧਰਤੀ ਹੋਵੇ ਦੂਜਾ ਸਿਰਾ ਅਸਮਾਨ ਹੋਵੇ ਬੰਦੇ ਦੀ ਪਿਆਸ ਹੀ ਇੰਨੀ ਚਾਹੀਦੀ ਹੈ ਕਿ ਸਾਰੀ ਕਾਇਨਾਤ ਨਾਲ ਨਾ ਰੱਜੇ ਇਸ ਕਰਕੇ ਜਦੋਂ ਬੰਦਾ ਛੋਟੇ ਛੋਟੇ ਘੇਰੇ ਬਣਾ ਕੇ ਜਿਉਂਦਾ ਨਿੱਕੀਆਂ ਨਿੱਕੀਆਂ ਉਹਦੀਆਂ ਚਾਹਤਾਂ ਨਿੱਕੀਆਂ ਨਿੱਕੀਆਂ ਪ੍ਰਾਪਤੀਆਂ ਉਸ ਪਿੱਛੇ ਆਪਣੇ ਅਨਮੋਲ ਸਰੀਰ ਨੂੰ ਦਾਅ ਤੇ ਲਾਉਂਦਾ ਤਾਂ ਉਹਦੇ ਐਫਰਟਸ ਜਿਹੜੇ ਛੋਟੇ ਹੋ ਜਾਂਦੇ ਆ ਉਹਨਾਂ ਦੇ ਵਿੱਚ ਕੁਦਰਤੀ ਰੂਪ ਦੇ ਵਿੱਚ ਨੀਵਾਂ ਬਣ ਆ ਜਾਂਦਾ ਭਾਵੇਂ ਤੁਸੀਂ ਦੇਖੋ ਭਾਵੇਂ ਨਾ ਦੇਖੋ ਇਹ ਫਕੀਰ ਅੱਖ ਪਛਾਣਦੀ ਹੈ ਕਿ ਕਿਹੜਾ ਬੰਦਾ ਕਿਹੜੇ ਲੈਵਲ 'ਤੇ ਜੀ ਰਿਹਾ ਆਪਣੇ ਬਾਰੇ ਤਾਂ ਸਭ ਨੇ ਭਰਮ ਹੁੰਦੇ ਆ ਵਿਦਵਾਨਾਂ ਨੂੰ ਵੀ ਭਰਮ ਹੁੰਦੇ ਲੈਕਚਰ ਵਾਲਿਆਂ ਨੂੰ ਵੀ ਹੁੰਦੇ ਆ ਅਤੇ ਹੋਰਾਂ ਨੂੰ ਸਭ ਨੇ ਭਰਮ ਹੁੰਦੇ ਆਪਣੇ ਬਾਰੇ ਫਕੀਰ ਅੱਖ ਠੀਕ ਨਜ਼ਾਰਾ ਕਰਦੀ ਹੈ ਗੁਰਮੁਖ ਦੀ ਅੱਖ ਦਾ ਚਲਕਾਰਾ ਬੰਦੇ ਨੂੰ ਤੋੜ ਕੇ ਰੱਖ ਦਿੰਦਾ ਕਿ ਕਿੱਥੇ ਖੜਾ ਹੈ ਇਸ ਕਰਕੇ ਜਿਹੜਾ ਤੁਸੀਂ ਜੇ ਰਿਲੀਜਨ ਦੀ ਤਲਾਸ਼ ਕਰਦੇ ਹੋ ਪੈਗੰਬਰਾਂ 'ਚ ਕਰੋ ਵੱਡੀਆਂ ਸਾਖੀਆਂ 'ਚ ਕਰੋ ਵੱਡੇ ਬੰਦੇ ਜਿਹੜੇ ਧਰਤੀ 'ਚ ਹੋਏ ਆ ਉਹਨਾਂ 'ਚ ਕਰੋ ਕਦੇ ਵੀ ਸਾਡੇ ਵਰਗੇ ਬੰਦੇ ਨੂੰ ਨਾ ਦੇਖੋ ਵੀ ਇਹ ਧਾਰਮਿਕ ਆ ਇਹਨਾਂ ਉੱਥੇ ਬੜੀਆਂ ਇਹ ਲੈਕਚਰ ਬਹੁਤ ਕਰਦੇ ਉੱਥੇ ਜਾ ਕੇ ਆਇਆ ਕਰ ਇਹ ਨਾ ਦੇਖੋ ਮਾੜਾ ਬੰਦਾ ਨਾ ਦੇਖੋ ਹਮੇਸ਼ਾ ਧਰਤੀ ਦੀਆਂ ਪਿਓਰ ਚੀਜ਼ਾਂ ਦੇਖੋ ਧਰਤੀ ਦੇ ਦਰਖਤ ਤੁਹਾਡੇ ਸੀਨੇ ਤੁਹਾਡੀ ਇਮੈਜੀਨੇਸ਼ਨ 'ਚੋਂ ਸੀਨੇ 'ਚ ਉਤਰਨ ਆਕਾਸ਼ 'ਤੇ ਤਾਰੇ ਤੁਹਾਡੇ 'ਚ ਉਤਰਨ ਚੰਗੀਆਂ ਕਿਤਾਬਾਂ ਉਤਰਨ ਚੰਗਾ ਮਿਊਜ਼ਿਕ ਉੱਤੇ ਸੋਹਣੀਆਂ ਗੱਲਾਂ ਉਤਰਨ ਪੈਗੰਬਰਾਂ ਦੇ ਖਿਆਲ ਉਤਰਨ ਵੱਡੇ ਯੋਧਿਆਂ ਦੀਆਂ ਸਾਖੀਆਂ ਉਤਰਨ ਵੱਡੇ ਫਕੀਰਾਂ ਦੇ ਰੰਗ ਅੰਦਰ ਉਤਰਨ ਜੇ ਤੁਹਾਡੇ ਸੁਪਨੇ ਇਸ ਤਰ੍ਹਾਂ ਚੱਲਣ ਤੁਹਾਡੀ ਅੰਦਰਲੀ ਅਲਮਾਰੀ 'ਤੇ ਆਹ ਕੁਝ ਪਿਆ ਹੋਵੇ ਤੁਹਾਡੀ ਕਿੰਨੀ ਸ਼ਾਨ ਪਰ ਜਦੋਂ ਬੰਦਾ ਛੋਟੀਆਂ ਛੋਟੀਆਂ ਜਮ੍ਹਾਂ ਘਟਾਉਣ 'ਚ ਜੀਂਦਾ ਆਹ ਗਲਤ ਮੈਂ ਠੀਕ ਬੰਦਾ ਘੱਟ ਜਾਂਦਾ ਅਤੇ ਬੰਦਾ ਘੱਟਦਾ ਘੱਟਦਾ ਹੌਲੀ ਹੌਲੀ ਨਹੀਂ ਘੱਸਦਾ ਬੰਦਾ ਇੱਕ ਦੋ ਪੌੜੀਆਂ ਹੀ ਹੌਲੀ ਹੌਲੀ ਡਿੱਗਦਾ ਫਿਰ ਜਦੋਂ ਰੋੜੇ ਪੈ ਜਾਂਦਾ ਪੱਥਰ ਪਹਾੜ ਤੋਂ ਫਿਰ ਬਹੁਤ ਤੇਜ਼ ਥੱਲੇ ਡਿੱਗਦਾ ਫਿਰ ਉਹਦੀ ਮੁਸ਼ਕਲ ਜਿਹੜੀ ਡੂੰਘੀ ਖੱਡ 'ਚ ਲੱਭਿਆ ਵੀ ਨਹੀਂ ਜਾਂਦਾ ਕਿੱਥੇ ਗਿਆ ਸੁਸਾਇਟੀ ਦਾ ਭਾਰ ਇਸ ਤਰ੍ਹਾਂ ਦਾ ਸੁਸਾਇਟੀ ਦਾ ਜ਼ੋਰ ਇਸ ਤਰ੍ਹਾਂ ਦਾ ਘਰਾਂ ਦੇ ਅੰਦਰਲੇ ਮਾਹੌਲ ਇਸ ਤਰ੍ਹਾਂ ਦੇ ਆ ਹਰ ਇੱਕ ਘਰ ਦੇ ਵਿੱਚ ਇੱਕ ਬਹੁਤ ਵੱਡਾ ਨਰਕ ਵੀ ਨਾਲ ਹੀ ਤੁਰਿਆ ਹੁੰਦਾ ਜਿੱਥੇ ਸਵਰਗ ਆ ਜਿੱਥੇ ਖੁਸ਼ੀਆਂ ਆ ਉਹਦੇ ਨਾਲ ਹੀ ਇੱਕ ਨਰਕ ਵੀ ਤੁਰਿਆ ਹੁੰਦਾ ਇੱਕ ਦੁੱਖ ਦਾ ਘੇਰਾ ਵੀ ਨਾਲ ਹੀ ਤੁਰਿਆ ਹੁੰਦਾ ਬਸ ਬੰਦੇ ਨੇ ਆਪਣੇ ਅੰਦਰਲੀ ਉਡਾਰੀ ਦੇ ਨਾਲ ਆਪਣੇ ਅੰਦਰਲੇ ਜ਼ੋਰ ਦੇ ਨਾਲ ਉਸ ਨਰਕ ਦਾ ਬੂਹਾ ਜਿਹੜਾ ਬੰਦ ਕਰਕੇ ਰੱਖਣਾ ਹੁੰਦਾ ਤਾਂ ਕਿ ਉਹ ਖੁੱਲ੍ਹ ਨਾ ਜਾਏ ਤਾਂ ਕਿ ਤੁਹਾਡੇ ਅੰਦਰਲੀ ਖੁਸ਼ੀ ਜਿਹੜੀ ਹੈ ਉਹ ਖਤਮ ਨਾ ਹੋ ਜਾਏ ਇਹ ਆਉਂਦੀਆਂ ਚੀਜ਼ਾਂ ਯਾਦਗਾਰ 'ਚੋਂ ਨਹੀਂ ਆਉਂਦੀਆਂ ਇਹ ਤੁਹਾਡੇ ਜ਼ੋਰ ਨਾਲ ਹੀ ਆਉਣਗੀਆਂ ਬਸ ਜਿੰਨੇ ਕੁ ਜ਼ੋਰ ਨਾਲ ਜਿਉਂਦੇ ਹੋ ਤੁਹਾਡੇ ਸਾਹਮਣੇ ਦੁੱਖ ਆਉਂਦਾ ਤੁਸੀਂ ਕਿੰਨੇ ਕੁ ਸਬਰ ਨਾਲ ਉਹਦੇ ਨਾਲ ਟਕਰਾਉਂਦੇ ਹੋ ਇੰਝ ਨਹੀਂ ਸ਼ਿਕਾਇਤ ਨਾਲ ਕੋਈ ਧਰਤੀ ਦੇ ਉੱਤੇ ਵੱਡਾ ਬੰਦਾ ਨਹੀਂ ਪੈਦਾ ਹੋਇਆ ਫਕੀਰ ਦਾ ਕੰਮ ਸ਼ਿਕਾਇਤ ਨਹੀਂ ਆ ਫਕੀਰ ਦਾ ਕੰਮ ਸਬਰ ਆ ਅਤੇ ਦੁਆ ਆ ਇਸ ਕਰਕੇ ਜਦੋਂ ਤੁਸੀਂ ਦੂਜੇ ਲਈ ਦੁਆ ਦੇ ਵਿੱਚ ਖੜ੍ਹੇ ਹੋ ਅਰਦਾਸ ਦੇ ਵਿੱਚ ਖੜ੍ਹੇ ਹੋ ਜਦੋਂ ਜਲਾਦ ਵੀ ਬਖਸ਼ ਦਿੱਤੇ ਜਾਂਦੇ ਆ ਉਸ ਘੜੀ ਦੇ ਉੱਤੇ ਤੁਹਾਡਾ ਸਰੀਰ ਕਿੱਥੇ ਬੋਲਦਾ ਉਹਦੇ ਵਿੱਚੋਂ ਕਿਹੜਾ ਰਾਗ ਪੈਦਾ ਹੁੰਦਾ
ਉਹਦੇ ਵਿੱਚੋਂ ਕਿਹੋ ਜਿਹਾ ਰਸ ਪੈਦਾ ਹੁੰਦਾ। ਬੰਦਾ ਧਰਤੀ ਦੀ ਹੰਸ ਉੱਡਰ ਕੁਦਰੇ ਪਿਆ ਲੋਕ ਵਡਾਰਨ ਜਾਏ, ਹੰਸ ਉੱਡ ਕੇ ਮਾੜੇ ਅਨਾਜ ਦੇ ਵਿੱਚ ਬਹਿ ਗਿਆ, ਲੋਕੀ ਉਡਾਉਣ ਜਾਂਦੇ ਵੀ ਉੱਡ ਜਾ ਹੰਸਾ ਵੀ ਉਹਦੇ ਗੰਦ ਵਾਲਾ ਅਨਾਜ ਆ ਤੂੰ ਕਿੱਥੇ ਬਹਿ ਗਿਆ। ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੁਦਰਾ ਖਾਏ, ਇਹ ਮੂਰਖ ਲੋਕ ਨਹੀਂ ਜਾਣਦੇ ਕਿ ਜਿਹੜਾ ਪਵਿੱਤਰ ਹੰਸ ਪੰਛੀ ਆ ਇਹਦੀ ਖੁਰਾਕ ਤਾਂ ਮੋਤੀ ਆ, ਇਹ ਨਹੀਂ ਮਾੜਾ ਅਨਾਜ ਖਾਂਦਾ। ਜਦੋਂ ਤੁਸੀਂ ਇਸ ਜ਼ੋਰ ਨਾਲ ਜਿਉਂਦੇ ਹੋ ਜਿੱਥੇ ਮਰਜ਼ੀ ਬਹਿ ਜਾਓ, ਦੁੱਖ 'ਚ ਬਹਿ ਜਾਓ, ਨਰਕ 'ਚ ਬਹਿ ਜਾਓ, ਤੁਹਾਨੂੰ ਨਰਕ ਢੱਕ ਨਹੀਂ ਸਕੇਗਾ ਕਿਉਂਕਿ ਤੁਹਾਡੀ ਖੁਰਾਕ ਹੀ ਉਹ ਨਹੀਂ। ਪਰ ਸਮਾਏ ਰਾਸ ਹਰਕਸ ਚੀਰ ਨੇ, ਜਿਹੜੀ ਸੱਚਾ ਅੰਦਰਲਾ ਸੰਗੀਤਮਈ ਨਾਚ ਹੈ ਉਸ 'ਤੇ ਹਰ ਕਿਸੇ ਦਾ ਜ਼ੋਰ ਨਹੀਂ। ਤੋਮਾ ਹਰ ਮੁਰਗ ਕੇ ਅੰਜੀਰ ਨੇ, ਅੰਜੀਰ ਫਲ ਗਰਮ ਹੁੰਦਾ, ਰੂਮੀ ਸਾਹਿਬ ਦਾ ਸ਼ੇਰ ਹੈ ਕਹਿੰਦੇ ਜਣਾ ਖਣਾ ਪੰਛੀ ਅੰਜੀਰ ਨਹੀਂ ਖਾਂਦਾ। ਅੰਦਰਲੀ ਵਡਿਆਈ ਨੂੰ ਜਣਾ ਖਣਾ ਨਹੀਂ ਖਾ ਸਕਦਾ, ਇਹ ਵਿਰਲੇ ਹੈ। ਬਸ ਜਦੋਂ ਤੁਹਾਡੇ ਅੰਦਰ ਉਹ ਚੀਜ਼ ਪੈਦਾ ਹੋ ਜਾਂਦੀ ਹੈ, ਤੁਸੀਂ ਗ੍ਰਸਤ 'ਚ ਬੈਠੋ, ਜੌਬ 'ਤੇ ਬੈਠੋ, ਬੱਸ 'ਚ ਬੈਠੋ ਉੱਥੇ ਵੀ ਮਸਲਾ ਛਿੜਦਾ, ਘਰ ਬੈਠੋ ਜਿੱਥੇ ਮਰਜ਼ੀ ਬੈਠੋ, ਤੁਹਾਡੇ ਅੰਦਰੋਂ ਉਹ ਲਾਈਟ ਨੇ ਨਿਕਲ ਕੇ ਉਸ ਘਟਨਾ 'ਚੋਂ ਵੜਨਾ ਹੀ ਵੜਨਾ ਆ ਅਤੇ ਤੁਹਾਡੀ ਵੱਖਰਤਾ ਨੇ ਅਸਟੈਬਲਿਸ਼ ਹੋਣਾ ਹੀ ਹੋਣਾ। ਇਸ ਕਰਕੇ ਕੋਈ ਸਿੱਖੇ ਹੋਏ ਨਿਯਮ ਨਹੀਂ ਹਨ ਵੀ ਆਹ ਕਰੋ ਇਹਦੇ ਨਾਲ ਤੁਸੀਂ ਵੱਡੇ ਹੋ ਜਾਓਗੇ। ਅੰਦਰੋਂ ਇੱਕ ਪਾਵਰ ਪੈਦਾ ਕਰੋ, ਇੱਕ ਪਿਓਰਿਟੀ ਪੈਦਾ ਕਰੋ, ਇੱਕ ਫੇਥ ਪੈਦਾ ਕਰੋ, ਉਹ ਫੇਥ ਤੁਹਾਨੂੰ ਪਾਰ ਲਗਾਏਗਾ। ਇੰਜ ਜਿਹੜਾ ਆ ਇਹਦੇ ਇੱਕ ਦੀ ਹੋਰ ਤੁਹਾਨੂੰ ਮੈਂ ਗੱਲ ਦੱਸ ਕੇ ਫਿਰ ਬੰਦ ਕਰਾਂਗੇ। ਇਹ ਮਤਲਬ ਕਿ ਇਹ ਚੀਜ਼ਾਂ ਪੈਦਾ ਕਿੱਥੋਂ ਹੁੰਦੀਆਂ, ਇਹ ਲਾਈਫ ਦੇ ਨੋਰਮਲ ਰੂਟੀਨ 'ਚੋਂ ਨਹੀਂ ਪੈਦਾ ਹੁੰਦੀਆਂ, ਇਹ ਬੜੀਆਂ ਐਕਸਟਰਾ ਆਰਡੀਨਰੀ ਚੀਜ਼ਾਂ, ਇਹ ਬੜੀਆਂ ਸਪੈਸ਼ਲ ਚੀਜ਼ਾਂ ਆ। ਇਹ ਕਦੀ ਕਦੀ ਧਰਤੀ 'ਤੇ ਵਾਪਰਦੀਆਂ ਆ ਅਤੇ ਥੋੜ੍ਹੇ ਚਿਰ ਲਈ ਵਾਪਰਦੀਆਂ ਆ, ਪਰ ਜਦੋਂ ਵਾਪਰ ਜਾਂਦੀਆਂ ਉਹ ਧਰਤੀ ਤੋਂ ਖਤਮ ਨਹੀਂ ਕੀਤੀਆਂ ਜਾ ਸਕਦੀਆਂ। ਇਹ ਇਸ ਕਿਸਮ ਦੀਆਂ ਗੱਲਾਂ ਆ। ਇਸੇ ਕਰਕੇ ਜਿਹੜੇ ਵੱਡੇ ਲੋਕਾਂ ਦੀਆਂ ਕਹਾਣੀਆਂ ਅਸੀਂ ਬਾਤਾਂ ਪਾਉਂਦੇ ਹਾਂ, ਵੱਡੇ ਲੋਕਾਂ ਦਾ ਜੀਵਨ ਪੜ੍ਹਦੇ ਹਾਂ, ਕਿਉਂਕਿ ਉਹਨਾਂ ਦੇ ਨਕਸ਼ ਜਿਹੜੇ ਆ, ਉਹਨਾਂ ਦੇ ਪੈਰਾਂ ਦਾ ਕਦਮ ਜਿਹੜਾ ਆ ਉਹਦੇ ਵਿੱਚ ਉਹ ਲਾਈਟ ਉਤਰ ਗਈ ਹੈ। ਇਸ ਕਰਕੇ ਉਹਨਾਂ ਘਟਨਾਵਾਂ ਨੂੰ ਫੜ ਕੇ ਅਸੀਂ ਆਪਣੇ ਦਿਲ ਦੇ ਹਨੇਰੇ ਨੂੰ ਖਤਮ ਕਰਦੇ ਹਾਂ ਅਤੇ ਉਸ ਲਾਈਟ ਨੂੰ ਆਪਣੇ ਅੰਦਰ ਉਤਾਰਦੇ ਹਾਂ। ਜਿਵੇਂ ਤੁਸੀਂ ਦੇਖੋ ਫਕੀਰ ਲੋਕ, ਵੱਡੇ ਲੋਕ ਕਿਸ ਤਰ੍ਹਾਂ ਧਰਤੀ 'ਚ ਉਤਰਦੇ। ਜਦੋਂ ਡਾਈਵਰ ਪਾਣੀ 'ਚ ਛਾਲ ਮਾਰਦਾ, ਸਭ ਤੋਂ ਵਧੀਆ ਡਾਈਵਰ ਉਹਨੂੰ ਮੰਨਿਆ ਜਾਂਦਾ ਜਿਹੜਾ ਘੱਟ ਪਾਣੀ ਉਛਾਲੇ। ਚਲੋ ਕਿੰਨਾ ਸਾਰਾ ਉਛਾਲਦੇ ਉਹਨੂੰ ਨਲਾਇਕ ਮੰਨਿਆ ਜਾਂਦਾ ਵੀ ਅਜੇ ਤਿਆਰੀ ਨਹੀਂ। ਇੰਝ ਵੱਡੇ ਲੋਕ ਜਿਹੜੇ ਆ ਜਦੋਂ ਘਟਨਾਵਾਂ 'ਚ ਉਤਰਦੇ ਆ ਉਹ ਇੰਨਾ ਕੋਮਲ ਜਿਹਾ ਉਤਰਦੇ ਆ ਜਿਵੇਂ ਫੁੱਲ ਦੇ ਉੱਤੇ ਤਰੇਲ ਉਤਰ ਜਾਏ, ਕੋਈ ਭਾਰ ਨਹੀਂ, ਸ਼ਿੰਗਾਰ ਦਿੰਦੀ ਹੈ ਜਿੱਥੇ ਜਾਂਦੀ ਹੈ। ਉਹ ਸਮਾਨ 'ਚੋਂ ਗੜਾ ਵੱਜੇ ਤਾਂ ਫੁੱਲ ਝਾੜ ਦਿੰਦਾ, ਤਰੇਲ ਆਵੇ ਤਾਂ ਉਹਨੂੰ ਬਿਊਟੀਫੁੱਲ ਕਰ ਦਿੰਦੀ ਹੈ, ਠੀਕ ਕਰਦਾ ਕਿ ਇਹਨੂੰ ਹਿੱਲਦਾ ਜਾਂ ਦੇਖੀਏ ਇਹਨੂੰ ਚੁੰਮੀਏ ਇਹਨੂੰ ਪੀਲੀਏ ਪੰਛੀ ਪੀ ਜਾਂਦੇ। ਇੰਝ ਜਦੋਂ ਚਾਨਣੀ ਆਉਂਦੀ ਹੈ ਆਕਾਸ਼ 'ਚੋਂ ਉਹ ਫੁੱਲ ਨੂੰ ਨਵਾਜਦੀ ਹੈ, ਫੁੱਲਾ ਜਿਹਾ ਛੋਂਦੀ ਹੈ। ਤਿੱਤਲੀ ਆਉਂਦੀ ਹੈ, ਫੁੱਲਾ ਜਿਹਾ ਛੋਂਦੀ ਹੈ। ਕੁਦਰਤ ਸਿਖਾਉਂਦੀ ਪਈ ਹੈ ਤੁਹਾਨੂੰ ਚੀਜ਼ਾਂ ਨੂੰ ਅੰਦਰ ਵੀ ਨਹੀਂ ਡੱਕ ਕੇ ਰੱਖਣਾ, ਜਿਵੇਂ ਫੁੱਲ ਦੀ ਟਾਹਣੀ ਦੇ ਅੰਦਰ ਹੀ ਉਹਦਾ ਫੁੱਲ ਰਹਿ ਜੇ, ਹੈਗਾ ਤਾਂ ਹੈ ਪਰ ਬਾਹਰ ਆਵੇ। ਤੁਹਾਡੇ ਅੰਦਰ ਵੀ ਚੀਜ਼ਾਂ ਨੇ ਮਰ ਜਾਣੀਆਂ ਚਾਹੀਦੀਆਂ, ਤੁਹਾਡਾ ਜਿਹੜਾ ਟੇਲੈਂਟ ਹੈ ਬਾਹਰ ਵੀ ਆਉਣਾ ਚਾਹੀਦਾ ਹੈ। ਜਿਵੇਂ ਫੁੱਲਾਂ ਦੀਆਂ ਟਾਹਣੀਆਂ ਦੇ ਉੱਤੇ ਜਦੋਂ ਪੱਤਾ ਨਿਕਲਦਾ ਪਹਿਲਾਂ ਵਿੱਚ ਹੀ ਹੁੰਦਾ ਫੁੱਲ, ਉਹਦੇ ਹੌਲੀ ਹੌਲੀ ਨਿਕਲ ਆਉਂਦੇ ਖਿੜ ਜਾਂਦਾ ਹੈ ਇੰਜ, ਪਰ ਉਤਰਨਾ ਕਿ ਨਹੀਂ ਜਾਏ ਉਹਦੇ 'ਚ, ਉਸ ਨਰਮੀ ਨਾਲ ਉਤਰਨਾ, ਉਸ ਡੈਲੀਕੇਸੀ ਨਾਲ ਲਾਈਫ 'ਚ ਉਤਰਨਾ। ਕਿਉਂਕਿ ਇਸ ਸਰੀਰ ਵਰਗੀ ਜਿਹੜੀ ਚੀਜ਼ ਆ, ਕੋਈ ਮਿੱਟੀ ਦੀ ਚੀਜ਼ ਘੜ ਕੇ ਦਿਖਾਓ, ਕੋਈ ਮਾਰਬਲ ਦੀ ਇਹੋ ਜਿਹੀ ਚੀਜ਼ ਘੜ ਕੇ ਦਿਖਾਓ, ਕੋਈ ਉੱਨ ਕੱਪੜੇ ਦੀ ਇਹੋ ਜਿਹੀ ਚੀਜ਼ ਬਣਾ ਕੇ ਦਿਖਾਓ ਜਿਹੋ ਜਿਹੇ ਹੱਥ ਪੈਰ ਆ, ਇਹ ਕਮਾਲ ਆ। ਇਹ ਕੁਦਰਤ ਦਾ ਬਹੁਤ ਵੱਡਾ ਕ੍ਰਿਸ਼ਮਾ ਆ ਜਿਹੜਾ ਤੁਹਾਨੂੰ ਐਂ ਮਿਲਿਆ ਹੋਇਆ। ਇਸ ਕ੍ਰਿਸ਼ਮੇ ਨੂੰ ਕਿਹੜੀ ਡੈਲੀਕੇਸੀ ਨਾਲ ਧਰਤੀ 'ਤੇ ਲੈ ਕੇ ਜਾਣਾ ਆ। ਬੰਦੇ ਸ਼ਰਾਬਾਂ ਪੀ ਕੇ ਡਿੱਗੇ ਹੁੰਦੇ ਆ ਵਿਆਹਾਂ ਦੇ ਵਿੱਚ, ਅੰਦਰ ਦੇਖੋ ਕਿੰਨੇ ਸੋਹਣੇ ਸੀਨ ਆ, ਜਵਾਨ ਬੱਚੇ ਨੂੰ ਉਹਦੇ ਫਾਦਰ ਨੇ ਪੱਲਾ ਫੜਾਇਆ ਹੈ, ਕੁੜੀ ਪਰਿਕਰਮਾ ਕਰਦੀ ਪਈ ਆ, ਲਾਵਾਂ ਲੈ ਰਹੀ ਆ, ਬੰਦਿਆਂ ਨੂੰ ਵਿਆਹ ਨਹੀਂ ਦੇਖਣਾ ਆਉਂਦਾ, ਬਾਹਰ ਬੈਠੇ ਹੋਰੀ ਗੱਪਾਂ ਮਾਰੀ ਜਾਂਦੇ। ਇਹ ਧਰਤੀ ਦੇ ਸੀਨ ਮਿਸ ਨਾ ਕਰੋ। ਨਾਨਕ ਸਿੰਘ ਜੇ ਅੰਮ੍ਰਿਤਸਰ ਦੇ ਵਿੱਚ ਕੋਈ ਬੱਚਾ ਜੰਮ ਜਾਂਦਾ, ਨਾਨਕ ਸਿੰਘ ਜਿਹੜੇ ਨਾਵਲਿਸਟ ਆ ਉਹਨਾਂ ਨੂੰ ਪਤਾ ਲੱਗਣਾ ਉਹਨਾਂ ਨੇ ਬੱਚਾ ਦੇਖਣ ਚਲ ਜਾਣਾ, ਭਾਵੇਂ ਜਾਣਦੇ ਹੋਣ ਭਾਵੇਂ ਨਾ ਜਾਣਦੇ ਹੋਣ, ਧਰਤੀ ਦੇ ਇੱਕ ਜੀਅ ਆਇਆ ਦੇਖੀਏ ਗਿਆ। ਇਹ ਕਿੰਨੀ ਸਮਾਧ ਵਾਲੀਆਂ ਗੱਲਾਂ, ਕਿੰਨੇ ਡੈਲੀਕੇਸੀ ਵਾਲੀਆਂ ਗੱਲਾਂ। ਇੰਝ ਜਿਹੜਾ ਜਿਹਾ ਮਤਲਬ ਕਿ ਇਸ ਡੈਲੀਕੇਸੀ ਦੇ ਨਾਲ ਜਦੋਂ ਤੁਸੀਂ ਚੱਲਦੇ ਹੋ ਲਾਈਫ ਦੇ ਵਿੱਚ ਤਾਂ ਫਿਰ ਤੁਹਾਨੂੰ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ। ਇਹ ਮਤਲਬ ਕਿ ਸਪੈਸ਼ਲ ਆ ਕੇਸ, ਇਸ ਕਰਕੇ ਉਹ ਥਾਵਾਂ ਲੱਭੋ, ਉਹ ਬੰਦੇ ਲੱਭੋ, ਉਹ ਕਿਤਾਬਾਂ ਲੱਭੋ, ਉਹ ਗਾਇਕੀ ਦੀਆਂ ਚੀਜ਼ਾਂ ਲੱਭੋ ਜਿਹੜੀਆਂ ਤੁਹਾਨੂੰ ਉਸ ਆਕਾਸ਼ ਦੇ ਨਾਲ ਜੋੜਦੀਆਂ। ਇਹ ਲੱਭਣੀਆਂ ਪੈਣਗੀਆਂ। ਜੇ ਤੁਹਾਨੂੰ ਅਸੀਂ ਦੇਵ ਦੀ ਆ ਪੜ੍ਹ ਲੈ ਪਤਾ ਨਹੀਂ ਲੱਗੇਗਾ, ਜਿੰਨਾ ਚਿਰ ਅੰਦਰਲੀ ਅੱਖ ਨਹੀਂ ਪੈਦਾ ਹੁੰਦੀ। ਚੀਜ਼ਾਂ ਤੁਹਾਡੇ ਆਲੇ ਦੁਆਲੇ ਪਈਆਂ, ਆ ਬਾਣੀ ਇੱਦਾਂ ਗ੍ਰੰਥ ਪਏ ਆ, ਇੰਨੀਆਂ ਚੀਜ਼ਾਂ ਕੀਰਤਨ ਹੁੰਦਾ ਆਲੇ ਦੁਆਲੇ, ਇੰਨੇ ਗਿਆਨ ਦੇ ਲੈਕਚਰ ਹੁੰਦੇ, ਫੜੀ ਨਹੀਂ ਜਾਂਦੀ ਚੀਜ਼। ਜਿਵੇਂ ਸ਼ੇਖ ਸਾਦੀ ਕਹਿੰਦੇ ਆ ਕਿ ਗੁੰਬਦ ਦੇ ਉੱਤੇ ਅਖਰੋਟ ਨਹੀਂ ਖੜ ਸਕਦਾ, ਰੁੜ ਜਾਏਗਾ। ਜਿਹਦਾ ਦਿਮਾਗ ਹੀ ਗੁੰਬਦ ਵਾਂਗੂ ਹੋਇਆ ਦਾ, ਪੁੱਠਾ ਹੋਇਆ ਦਾ,
ਉਹਦੇ ਤੇ ਖਰੋਟ ਨਹੀਂ ਖੜ ਸਕੇਗਾ, ਗਿਆਨ ਦੀ ਗੱਲ ਨਹੀਂ ਖੜ ਸਕੇਗੀ, ਪੁੱਠੇ ਭਾਂਡੇ ਦੇ ਵਿੱਚ ਵੀ ਪਾਣੀ ਨਹੀਂ ਠਹਿਰ ਸਕੇਗਾ, ਡਿੱਗ ਪਏਗਾ, ਇਹਨੂੰ ਸਿੱਧਾ ਕਰਨਾ ਹੀ ਪਏਗਾ। ਇਸੇ ਕਰਕੇ ਮਹਾਰਾਜ ਨੇ ਕਿਹਾ ਕਿ ਅੰਦਰ ਕਮਲ ਆ ਉਹ ਪੁੱਠਾ ਆ, ਉਹਨੂੰ ਸਿੱਧਾ ਕਰੋ, ਉਹਦੀਆਂ ਪੱਤੀਆਂ ਖਿੜਨਗੀਆਂ, ਉਹਦੇ ਵਿੱਚੋਂ ਮਹਿਕ ਤੁਹਾਡੇ ਜਿਸਮ ਦੇ ਵਿੱਚ ਫੈਲੇਗੀ ਅਤੇ ਸਰੀਰ ਦੇ ਵਿੱਚ ਇਹੋ ਜਿਹੇ ਰਸ ਫੈਲਣਗੇ ਕਿ ਸਰੀਰ ਨੂੰ ਛੋਟੇ ਅਨਾਜ ਦੀ, ਮਾੜੇ ਅਨਾਜ ਦੀ ਲੋੜ ਨਹੀਂ ਰਹੇਗੀ, ਮਾੜੀ ਖੁਰਾਕ ਦੀ ਲੋੜ ਨਹੀਂ ਰਹੇਗੀ, ਮਾੜੇ ਖਿਆਲ ਦੀ ਲੋੜ ਨਹੀਂ ਰਹੇਗੀ। ਮਾਇੰਡ, ਬੋਡੀ ਅਤੇ ਸੋਲ, ਇਹਨਾਂ ਦਾ ਇੱਕ ਹੈਲਦੀ ਬੈਲੈਂਸ ਕ੍ਰੀਏਟ ਹੋਏਗਾ। ਉਹਦੇ ਵਿੱਚੋਂ ਦੀ ਇੱਕ ਗੱਲ ਮੈਂ ਤੁਹਾਨੂੰ ਸੁਣਾ ਕੇ ਕਿ ਇਹ ਆਉਂਦਾ ਕਿੰਝ ਆ, ਇਹ ਜਾਚਾਂ ਨਾਲ ਨਹੀਂ ਆਉਂਦਾ। ਇੱਕ ਛੋਟੀ ਜਿਹੀ ਕਹਾਣੀ ਸੁਣਾਉਣੀ ਆ। ਵੈਗਨਰ ਇੱਕ ਮਜੀਸ਼ੀਅਨ ਹੋਇਆ ਯੂਰਪ ਦੇ ਵਿੱਚ। ਵੈਗਨਰ ਜਿਹੜਾ ਆ ਉਹ ਪਹਾੜਾਂ ਦੇ ਵਿੱਚ ਬੈਠਾ ਸੀ, ਉੱਚੇ ਟੀਸੀਆਂ ਵਾਲੇ ਪਹਾੜ, ਆਲੇ ਦੁਆਲੇ ਬੜੀ ਹਰਿਆਵਲ, ਪੱਥਰਾਂ ਦੇ ਵਿੱਚੋਂ ਦੀ ਇੱਕ ਕੁੱਲ ਕੁੱਲ ਕਰਦਾ ਪਾਣੀ ਦਾ ਵਹਿਣ ਚਸ਼ਮਾ ਜਿਹਾ ਵਗਦਾ ਜਾ ਰਿਹਾ ਸੀ। ਠੰਡੀ ਠੰਡੀ ਹਵਾ ਚੱਲ ਰਹੀ ਸੀ, ਹਰਿਆਵਲਾਂ ਝੂਮ ਰਹੀਆਂ ਸੀ, ਪਹਾੜ ਜਿਹੜੇ ਆ ਵੱਡੇ ਆਦਮ ਵਾਂਗੂ ਬੈਠੇ ਸੀ, ਜਿਵੇਂ ਕੋਈ ਵੱਡਾ ਸਾਰਾ ਬਜ਼ੁਰਗ ਬੱਚੇ ਨੂੰ ਗੋਦ 'ਚ ਲੈ ਕੇ ਬੈਠਾ ਹੋਵੇ, ਵਾਰਡਨ ਕੁਦਰਤ ਦੀ ਗੋਦ ਦੇ ਵਿੱਚ ਬੈਠਾ ਸੀ। ਉਹਨੇ ਦੇਖਿਆ ਹਵਾ ਜੀ ਚੱਲੀ, ਪਾਣੀ ਨੇ ਕੁੱਲ ਕੁੱਲ ਜਿਹਾ ਕੀਤਾ ਅਤੇ ਪਹਾੜਾਂ ਦਾ ਖੁੱਲ੍ਹਾ ਨਜ਼ਾਰਾ ਉਹਨੇ ਦੇਖਿਆ ਅਤੇ ਉਹਦੀ ਆਤਮਾ ਨੇ ਉਡਾਰੀ ਮਾਰੀ, ਉਹਨੇ ਗਾਉਣਾ ਸ਼ੁਰੂ ਕਰਤਾ। ਉਸੇ ਵੇਲੇ ਕਿਤੇ ਉਹਨਾਂ ਪਹਾੜਾਂ ਦੇ ਵਿੱਚ ਇੱਕ ਯੂਰਪ ਦਾ ਬਹੁਤ ਵੱਡਾ ਸੰਗੀਤ ਦਾ ਕ੍ਰਿਟਿਕ, ਕਿਤਾਬਾਂ ਲਿਖਣ ਵਾਲਾ, ਸੰਗੀਤ ਦੇ ਉੱਤੇ ਉਹ ਫਿਰਦਾ ਪਿਆ ਸੀ। ਉਹਨੇ ਵੈਗਨਰ ਨੂੰ ਦੇਖਿਆ, ਉਹਦੀ ਆਵਾਜ਼ ਸੁਣੀ, ਉੱਥੇ ਗਿਰ ਗਿਆ ਵੀ ਸਾਰਾ ਯੂਰਪ ਸੁਣ ਲਿਆ, ਇਹੋ ਜਿਹੀ ਆਵਾਜ਼ ਨਹੀਂ ਸੁਣੀ, ਇਹੋ ਜਿਹਾ ਸੰਗੀਤ ਨਹੀਂ ਸੁਣਿਆ, ਸਾਰਾ ਯੂਰਪ ਕਿਤਾਬਾਂ ਲਿਖ ਮਾਰੀਆਂ ਸਾਰੇ ਯੂਰਪ ਦੇ ਸੰਗੀਤਕਾਰਾਂ ਦੇ, ਇਹੋ ਜਿਹੀ ਆਵਾਜ਼ ਨਹੀਂ ਜਿਹੜੀ ਆਤਮਾ 'ਚ ਜਿਹੜੀ ਵਰਮੇ ਵਾਂਗੂ ਧੱਸਦੀ ਜਾਵੇ, ਕੋਈ ਅਨੰਤ ਤੋਂ ਅਨੰਤ ਦੇ ਸਫ਼ਰ ਕਰਾ ਰਹੀ ਹੈ ਆਵਾਜ਼। ਜਦੋਂ ਤੁਸੀਂ ਗੀਤ ਸੁਣਦੇ ਹੋ ਤੁਹਾਨੂੰ ਉਹ ਸਫ਼ਰ ਕਿੱਥੋਂ ਤੱਕ ਕਰਾਉਂਦਾ ਹੈ, ਇਹ ਚੀਜ਼ ਗੀਤ ਦੀ ਪਰਖ ਆ। ਜੇ ਉਹ ਤੁਹਾਡੇ ਸਾਹਮਣੇ ਦ੍ਰਿਸ਼ ਛੋਟਾ ਲਿਆਉਂਦਿਆ, ਉਸ ਆਵਾਜ਼ ਨੇ ਦ੍ਰਿਸ਼ ਛੋਟਾ ਕ੍ਰੀਏਟ ਕੀਤਾ, ਇਹਦਾ ਮਤਲਬ ਗੀਤ ਛੋਟਾ ਆ। ਜੇ ਉਸ ਗੀਤ ਨੇ ਤੁਹਾਨੂੰ ਜਿਸਮ ਤੋਂ ਪਾਰਲੀ ਦੁਨੀਆਂ ਨਾਲ ਜੋੜਿਆ, ਕਿਸੇ ਅਨੰਤ ਦੇ ਸਫ਼ਰ ਦੇ ਪੈਰ ਤੋਰ ਦਿੱਤਾ, ਇਹ ਸੰਗੀਤ ਵੱਡਾ ਹੈ। ਆਰਟ ਦੀ ਇੱਕੋ ਹੀ ਪਛਾਣ ਕਿ ਉਹ ਕਿੰਨੀ ਕੁ ਮਿਸਟਰੀ ਕ੍ਰੀਏਟ ਕਰਦੀ ਹੈ, ਉਹ ਕਿੰਨਾ ਕੁ ਰਹੱਸ ਕ੍ਰੀਏਟ ਕਰਦੀ ਹੈ। ਜਿਹੜੀ ਅਕਲ ਨਾਲ ਮੀਨਿੰਗ ਪੈਦਾ ਕਰਕੇ ਜਿਉਣਾ, ਇਹਦਾ ਕੀ ਮੀਨਿੰਗ ਹੈ? ਮੀਨਿੰਗ ਬਹੁਤ ਛੋਟੀਆਂ ਚੀਜ਼ਾਂ ਆ। ਇੱਕ ਬੱਚੇ ਨੇ ਕਦੀ ਆਪਣੀ ਮਾਂ ਨੂੰ ਨਹੀਂ ਪੁੱਛਿਆ ਤੇਰਾ ਕੀ ਮੀਨਿੰਗ ਹੈ? ਮੀਨਿੰਗ ਬਹੁਤ ਛੋਟੀ ਚੀਜ਼ ਆ। ਲੋਕ ਮੀਨਿੰਗ ਨਾਲ ਜਿਉਂਦੇ ਆ, ਜਦੋਂ ਵੀ ਇਹਦਾ ਆਖ ਮੀਨਿੰਗ ਤੇ ਬਸ ਦੁਕਾਨਦਾਰੀ ਹੁੰਦੀ ਹੈ। ਦੁਕਾਨਦਾਰ ਨੂੰ ਕਹੋ ਵੀ ਆਹ ਦੇ, ਉਹ ਲੈ, ਉਹਨੂੰ ਪੰਜ ਵਾਰੀ ਕਹਿ ਕੇ ਦਿਓ ਆਹ ਦੇ ਆਹ ਲੈ ਆਹ ਦੇ ਆਹ ਲੈ, ਉਹਨਾਂ ਦਫਾਓ। ਪਰ ਰਾਧਾ ਜਿਹੜੀ ਹੈ ਮਧੂਬਨ ਦੇ ਵਿੱਚ ਬੈਠੀ, ਕ੍ਰਿਸ਼ਨ 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 ਕ੍ਰਿਸ਼ਨ, ਉਹੀ ਉਹੀ ਅਲਾਪ, ਉਹੀ ਰੈਪੀਟੇਸ਼ਨ। ਕਦੇ ਵੀ ਵਪਾਰਕ ਦੁਨੀਆ ਰੈਪੀਟੇਸ਼ਨ ਨਹੀਂ ਬਰਦਾਸ਼ਤ ਕਰਦੀ। ਬਾਜ਼ਾਰ 'ਚੋਂ ਖਰੀਦੀ ਚੀਜ਼ ਵਾਪਸ ਦੇਣ ਜੋਗ ਨੂੰ ਮਿਲ ਲੈਂਦਾ, ਹੋ ਗਿਆ ਕੰਮ, ਇਹ ਕਰੀ ਬਸ ਖਤਮ। ਪਿਆਰ ਹਮੇਸ਼ਾ ਰੈਪੀਟੇਸ਼ਨ ਬਰਦਾਸ਼ਤ ਕਰਦਾ, ਅਤੇ ਉਹੀ ਲਾਈਫ ਵੱਡੀ ਆ ਜਿਹੜੀ ਰੈਪੀਟੇਸ਼ਨ ਪੈਦਾ ਕਰਦੀ ਹੈ, ਅਤੇ ਇਹੀ ਲਾਈਫ ਦੀ ਸੱਚਾਈ ਦੀ ਪਰਖ ਆ। ਜਿਹੜੀ ਲਾਈਫ ਰੈਪੀਟੇਸ਼ਨ ਨਹੀਂ ਪੈਦਾ ਕਰ ਸਕਦੀ, ਉਹ ਲਾਈਫ ਜਜ਼ਬਾਤੀ ਕਿਸਮ ਦਾ, ਅਕਹਿਰੀ ਕਿਸਮ ਦਾ, ਚੰਚਲ ਕਿਸਮ ਦਾ ਉਛਾਲਾ ਆ, ਜਿਹੜੀ ਦਗਾ ਦੇ ਜਾਂਦੀ ਆ ਲਾਈਫ ਨੂੰ। ਇਸ ਕਰਕੇ ਬੰਦੇ ਦੀ ਪਰਖ ਉੱਥੋਂ ਹੋਏਗੀ ਜਦੋਂ ਉਹ ਰੈਪੀਟੇਸ਼ਨ ਦੇ ਵਿੱਚ ਵੱਡਾ ਰਹੇ, ਰੈਪੀਟੇਸ਼ਨ ਦੇ ਵਿੱਚ ਲਿਰੀਕਲ ਰਹੇ। ਰਾਂਝਾ ਹੀਰ ਹੀਰ ਕਰਦਾ, ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਤੂੰ ਤੂੰ ਕਰਦਾ ਤੂੰ ਪਿਆ, ਤੂੰ ਤੂੰ ਦਾ ਰੈਪੀਟੇਸ਼ਨ ਚੱਲਦਾ ਆ। ਜਿਹੜਾ ਅਰਨੈਸਟ ਟ੍ਰੈਂਪ ਆ, ਇਹ ਜਰਮਨ ਦਾ ਸਕਾਲਰ ਆ, ਇਹਨੇ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਪਹਿਲਾਂ ਇੰਗਲਿਸ਼ 'ਚ ਤਰਜਮਾ ਕੀਤਾ ਸੀ। ਈਸਾਈ ਪਾਦਰੀ ਸੀਗਾ, ਮਿਸ਼ਨਰੀ ਲੋਕ ਜਿਹੜੇ, ਮਿਸ਼ਨਰੀ ਲੋਕਾਂ ਤੋਂ ਬਚਣਾ ਚਾਹੀਦਾ, ਜਿੰਨੇ ਪ੍ਰਚਾਰਕ ਕਿਸਮ ਦੇ ਲੋਕ ਆ ਐਵੇਂ ਹੁੰਦੇ। ਐਕਸਪੀਰੀਅੰਸ ਵੱਡੀ ਚੀਜ਼ ਆ, ਪ੍ਰਚਾਰ ਹਮੇਸ਼ਾ ਹੀ ਛੋਟੀ ਚੀਜ਼ ਰਹੇਗਾ। ਪ੍ਰਚਾਰ ਕਹਿੰਦਾ ਹੁੰਦਾ ਵੀ ਮੈਂ ਜੀ ਸਿੱਖਾਂ ਦੇ ਬਸ ਸਿੱਖੀ ਧੰਨ ਹੈ, ਬਾਕੀ ਸਭ ਐਵੇਂ ਆ, ਭੱਜੋ ਸਾਰੇ, ਤੁਸੀਂ ਇੱਥੇ ਆ ਜਾਓ ਮੇਰੀ ਦੁਕਾਨ ਦੇ ਕੰਮ ਚੰਗਾ। ਆਰ ਐਸ ਐਸ ਨੇ ਪੈਦਾ ਹੋ ਕੇ ਕਹਿੰਦਾ ਨਹੀਂ, ਆਰ ਐਸ ਐਸ ਹੀ ਚੰਗੀ ਪੈਗੰਬਰਾਂ ਨੂੰ ਦਾਗੀ ਕਰੀ ਜਾਂਦੇ ਆ, ਤੁਹਾਡੀ ਕੀ ਜ਼ੁਲਮ ਕਰੀ। ਈਸਾਈ ਮਿਸ਼ਨਰੀ ਦੇਖੋ ਕੀ ਕਰੀ ਜਾਂਦੇ। ਇਹ ਸਾਰੀ ਜਿਹੜੀ ਆ ਪ੍ਰਚਾਰਕ ਤਬਕਾ, ਅਮੰਗ ਦੇਖੋ ਬੋਧੀਆਂ ਨੇ, ਇਹੋ ਜਿਹੇ ਸੁੱਕੇ ਸੜੇ ਹੁੰਦੇ, ਲੱਕੜ ਨਹੀਂ ਇੰਨੇ ਸੁੱਕਦੀ, ਟਾਹਲੀ ਪਾਣੀ 'ਚ ਸੁੱਟ ਛੱਡਣ, ਇੰਨੇ ਸੁੱਕੇ ਖੁਸ਼ਕ ਇਹਨਾਂ ਨੇ ਢਿੱਪੂ ਕਰਨਾ। ਇਹ ਜਿਹੜੇ ਪ੍ਰਚਾਰਕ ਕਲਚਰ, ਵੀਕ ਕਲਚਰ। ਚਲੋ ਉਹ ਅਰਨੈਸਟ ਟ੍ਰੈਂਪ ਜਿਹੜਾ ਸੀ, ਅਤੇ ਇੱਕ ਮਕਲੋਡ ਆ ਜਿਹੜਾ ਅਮੈਰੀਕਾ 'ਚ ਬੈਠਾ ਲਿਖਦਾ, ਸਿੱਖਾਂ ਦੇ ਖਿਲਾਫ ਕਿਤਾਬਾਂ ਹੀ ਲਿਖੀ ਜਾਂਦਾ, ਪਤਾ ਨਹੀਂ ਮੈਂ ਘਰ ਗੁਰੂ ਨਾਨਕ ਨੂੰ ਢਾਹ ਦੇਣਾ ਵੀ ਮੇਰੇ ਵਿਦਵਤਾ ਨੇ ਗੁਰੂ ਨਾਨਕ ਸਾਹਿਬ ਨੂੰ ਖਤਮ ਕਰ ਦੇਣਾ। ਬੱਲੇ ਪਤਾ ਨਹੀਂ ਕਿਹੜਾ ਸਕਾਲਰ ਆ, ਇਹਦੇ ਲਈ ਕਰਕੇ ਇਹੋ ਜਿਹਾ ਨਰਕ ਬਣਿਆ ਹੋਣਾ। ਮੈਂ ਕਈ ਵਾਰੀ ਸੋਚਦਾ ਜਿਹੜਾ ਇਹੀ ਭੁਲੇਖੇ ਜਾ ਵੀ ਮੇਰੀ ਕਲਮ ਨੇ ਗੁਰੂ ਨਾਨਕ ਸਾਹਿਬ ਫਤਿਹ ਕਰ ਲੈਣੇ ਆ, ਇਹਦੇ ਲਈ ਨਰਕ 'ਚ ਕੋਈ ਸਪੈਸ਼ਲੀ ਖਾਣਾ ਹੋ ਸਕਦਾ? ਇਹ ਬੰਦਿਆਂ ਦੇ ਵਹਿਮ,
ਬੰਦਾ ਆਪਣੀ ਜਿੱਦ ਨਾਲ ਪੈਗੰਬਰਾਂ ਦੇ ਉੱਤੇ ਦੂਸ਼ਿਤ ਕਰਦਾ ਉਹਨਾਂ ਨੂੰ, ਉਹਨਾਂ ਆਪਣੇ ਗੰਦੇ ਲੋਕਾਂ ਨਾਲ ਪੈਗੰਬਰ ਨੂੰ ਝਰੀਟਣ ਦੀ ਕੋਸ਼ਿਸ਼ ਕਰਦਾ ਕਿ ਮੈਂ ਇਹਦਾ ਮੂੰਹ ਝਰੀਟ ਕੇ ਦੇਖਾਂ। ਇੰਨਾ ਵਹਿਸ਼ੀ ਕਿਸਮ ਦਾ ਬੰਦੇ ਦੇ ਅੰਦਰ ਸਵਾਦ ਪੈਦਾ ਹੋ ਜਾਂਦਾ, ਜਿਵੇਂ ਇੱਲਾਂ ਗੰਦਾ ਮਾਸ ਚੱਕਦੀਆਂ। ਇੰਝ ਬੰਦਿਆਂ ਦੀ ਅਕਲ ਕਈ ਵਾਰੀ ਇਹੋ ਜਿਹੀ ਹੋ ਜਾਂਦੀ ਹੈ, ਉਹ ਗੰਦੀਆਂ ਚੀਜ਼ਾਂ ਸੁਸਾਇਟੀ 'ਚ ਚੁਣਦੀਆਂ। ਜੰਗਲਾਂ ਦੇ ਉੱਤੋਂ ਦੀ ਇੱਲ ਲੰਘ ਆਈ, ਪਹਾੜਾਂ ਤੋਂ ਲੰਘ ਆਈ, ਵਾਦੀਆਂ ਤੋਂ ਲੰਘ ਆਈ, ਆ ਕੇ ਬੈਠੀ ਕਿੱਥੇ? ਮਰੇ ਡੰਗਰ ਦੇ, ਵੀ ਤੂੰ ਵਾਦੀ 'ਚ ਬਹਿ ਜਾ, ਉਹਦੇ ਅੰਦਰ ਉਹ ਚੀਜ਼ ਨਹੀਂ ਹੈ, ਉਹ ਕਿੰਝ ਬਹਿ ਦੇ। ਇੰਝ ਚਲੋ ਇੰਝ ਕੀ ਗੱਲ ਕਰਦਾ ਸੀ ਉਹ ਵੈਗਨਰ ਜਿਹੜਾ ਉੱਥੇ ਬੈਠਾ ਗਾ ਰਿਹਾ ਸੀਗਾ, ਅਤੇ ਉਹਨੇ ਕਿਹਾ ਵੀ ਇਹ ਬੰਦਾ ਗਾਉਣ ਡਿਆ, ਵੀ ਇਹੋ ਜਿਹਾ ਤਾਂ ਸੁਣਿਆ ਨਹੀਂ, ਬਹਿ ਗਿਆ। ਵੈਗਨਰ ਗਾਏ ਗਿਆ ਗਾਏ ਗਿਆ ਗਾਏ ਗਿਆ, ਬੇਸਾਬਾ ਸਰੀਰ ਕੀ ਚੀਜ਼ ਸੀ, ਫਿਰ ਰੂਹ ਗਾ ਰਹੀ ਹੋਵੇ ਤਾਂ ਟਾਈਮ ਨੂੰ ਕੀ ਹੁੰਦਾ, ਉਹ ਲੱਗਾ ਰਿਹਾ ਗਾਉਣ। ਛਾਵਾਂ ਪੈ ਗਈਆਂ, ਹਨੇਰਾ ਪੈ ਗਿਆ, ਅਤੇ ਹਨੇਰੇ ਤੱਕ ਜਦੋਂ ਸਰੀਰ ਐਗਜ਼ੌਸਟ ਹੋ ਗਿਆ ਪੈਸ਼ਨ ਦੇ ਨਾਲ, ਡਿੱਗ ਪਿਆ। ਉਹ ਬੈਠਾ ਰਿਹਾ ਵੀ ਉੱਠੇ ਤਾਂ ਮੈਂ ਇਹਨੂੰ ਮਿਲਾਂ ਅਤੇ ਮੇਰੀ ਇੱਕ ਹੋਰ ਕਿਤਾਬ ਬਣਦੀ ਹੈ। ਦੇਖੋ ਬੰਦਿਆਂ ਦੇ ਲੱਛਣ ਕੀ, ਲੇਖਕ ਫਸੇ ਹੋਏ ਆ, ਲੇਖਕ ਵੀ ਆਪਣੀ ਥਾਂ 'ਤੇ ਜੇ ਬਣ ਜਾਂਦਾ ਕਈ ਕੋਟ ਕਵ ਕਾਵਿ ਵਿਚਾਰਾ, ਕਰੋੜਾਂ ਕਵੀ ਕਵਿਤਾ ਲਿਖੀ ਜਾ ਰਹੇ ਹਨ, ਭਾਵੇਂ ਕਵੀ ਬਹੁਤ ਵੱਡੀ ਅਵਸਥਾ ਆ, ਪਰ ਰਿਲੀਜਨ ਦੀ ਉਡਾਰੀ ਦੇ ਸਾਹਮਣੇ ਕਵੀ ਵੀ ਕੱਖ ਨਹੀਂ, ਕਈ ਲਿਖੀ ਜਾਂਦੇ ਆ ਰਾਈਟਰ, ਕਈ ਕਿਤਾਬਾਂ ਲਿਖੀ ਜਾਂਦੇ ਆ। ਤੁਸੀਂ ਉਹਦੀਆਂ ਕਹਾਣੀਆਂ ਪੜ੍ਹ ਕੇ ਦੇਖੋ, ਕੀ ਨਾ ਚੈਹੋ ਦੀਆਂ, ਚੈਹੋ ਦੀ ਇੱਕ ਕਹਾਣੀ ਹੈ ਡਰੇਰੀ ਟੇਲ। ਡਰੇਰੀ ਟੇਲ ਦੇ ਵਿੱਚ ਇੱਕ ਪ੍ਰੋਫੈਸਰ ਆ ਸਾਡੇ ਵਰਗਾ, ਬੜਾ ਭਾਸ਼ਣ ਕਰਦਾ, ਗੱਜ ਗੱਜ ਕੇ ਲੋਕ ਕਰਦੇ ਵਾਹ ਵਾਹ, ਉਹ ਪ੍ਰੋਫੈਸਰ ਬੁਲਾਓ, ਉਹ ਬੜਾ ਕਮਾਲ ਆ, ਬੜਾ ਜੀ ਲਾਉਂਦਾ, ਗਿਆਨ ਦੀਆਂ ਨਦੀਆਂ ਵਹਾ ਦਿੰਦਾ। ਹੌਲੀ ਹੌਲੀ ਉਹ ਪ੍ਰੋਫੈਸਰ ਬੁੱਢਾ ਆ ਜਾਂਦਾ, ਉਹ ਲੈਕਚਰ ਕਰਦਾ ਕਰਦਾ ਥੱਕਣਾ ਸ਼ੁਰੂ ਹੋ ਜਾਂਦਾ, ਉਹਨੂੰ ਪਾਣੀ ਦੀ ਲੋੜ ਪੈਂਦੀ ਆ, ਬੱਚੇ ਹੌਲੀ ਹੌਲੀ ਉਹਦੇ ਲੈਕਚਰ 'ਚੋਂ ਸਵਾਦ ਘੱਟ ਲੈਣਾ ਸ਼ੁਰੂ ਕਰ ਦਿੰਦੇ, ਵੀ ਇਹ ਤਾਂ ਥੱਕਦਾ, ਪਾਣੀ ਦੀ ਲੋੜ, ਇਹਦਾ ਖਿਆਲ ਉਹਨਾਂ ਪਾਵਰਫੁੱਲ ਨਹੀਂ ਰਿਹਾ, ਕਈ ਚੀਜ਼ਾਂ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ। ਹੌਲੀ ਹੌਲੀ ਸਟੂਡੈਂਟ ਉਹਨੂੰ ਛੱਡਣਾ ਸ਼ੁਰੂ ਕਰ ਦਿੰਦੇ ਆ, ਉਹਨੂੰ ਲੱਗਦਾ ਮੈਂ ਕੀ ਕੀਤਾ ਸਾਰੀ ਉਮਰ, ਉਹਨੂੰ ਲੱਗਾ ਇਹੀ ਡੈਥ ਆ, ਵੀ ਮੇਰੀ ਇਹੀ ਡੈਥ ਆ ਕਿ ਮੇਰਾ ਸਰੀਰ ਮੇਰਾ ਸਾਥ ਨਹੀਂ ਦੇ ਰਿਹਾ, ਮੇਰਾ ਇਲਮ ਮੇਰੇ ਦਗਾ ਦੇ ਗਿਆ, ਅਤੇ ਮੈਂ ਕੀ ਚੀਜ਼ ਸੀ? ਇਹ ਬੱਚੇ ਦਾ ਫਿਰ ਜਿਹੜਾ ਮੇਰੇ ਅੰਦਰ ਬੋਲਦਾ ਸੀ ਉਹਦੀ ਵੀ ਕਦਰ ਕਰਦੇ ਸੀ, ਮੈਂ ਕੀ ਚੀਜ਼ ਆ? ਇੰਨੀ ਵੱਡੇ ਵੱਡੇ ਬੰਦੇ ਰੁਲ ਜਾਂਦੇ ਆ, ਅਜੇ ਵੱਡੇ ਵੱਡੇ ਸਾਡੀ ਧਰਤੀ 'ਤੇ ਤਾਂ ਬੰਦੇ ਪੈਦਾ, ਫਿਰ ਰੁਲਦੇ ਕਿਉਂ ਆ? ਕਿਉਂਕਿ ਸੁਸਾਇਟੀ ਬੰਦਿਆਂ ਨੂੰ ਨਹੀਂ ਲਾਭ ਕਰਦੀ, ਉਹਨਾਂ ਦਾ ਕੰਨ ਰਸ ਜਿਹਾ ਬਣ ਜਾਂਦਾ, ਟਾਈਮ ਟੱਪ ਦਾ ਬੜਾ ਸੋਹਣਾ, ਉਹ ਡੇਢ ਘੰਟਾ ਉਹਨੇ ਦਿੱਤਾ ਸੀ, ਤੇਰੀ ਬੜੇ ਕਮਾਲ ਦੀਆਂ ਗੱਲਾਂ ਕਰਦਾ ਸੀ, ਬੜਾ ਵਧੀਆ ਬੀਬੀਆਂ ਬੀਬੀਆਂ ਮਿੱਠੀਆਂ ਮਿੱਠੀਆਂ, ਤੁਹਾਡੀ ਫਰਸਟ੍ਰੇਸ਼ਨ ਘੱਟਦੀ ਹੈ, ਪਰ ਉਹਦੀ ਲਾਈਫ ਕੀ ਹੈ ਕੋਈ ਪਤਾ ਨਹੀਂ। ਚਲੋ ਉਹ ਬੈਠਾ ਕਿਤਾਬ ਨੂੰ ਉਡੀਕਦਾ, ਵੀ ਉੱਠੇ ਵੈਗਨਰ ਉੱਠਿਆ, ਵੈਗਨਰ ਦਾ ਕਿਉਂਕਿ ਐਗਜ਼ੌਸਟ ਹੋ ਚੁੱਕਾ ਸੀ, ਸਰੀਰ ਦੀ ਹਰ ਇੱਕ ਚੀਜ਼ ਗਾਇਣ ਦੇ ਵਿੱਚ ਉਤਰ ਚੁੱਕੀ ਸੀ, ਕੁਝ ਬਚਿਆ ਹੀ ਨਹੀਂ ਸੀ, ਆਤਮਾ ਦੀਆਂ ਚੀਜ਼ਾਂ, ਮਨ ਦੀਆਂ ਚੀਜ਼ਾਂ, ਸਰੀਰ ਦੀਆਂ ਚੀਜ਼ਾਂ, ਇਮੈਜੀਨੇਸ਼ਨ ਦੀਆਂ ਚੀਜ਼ਾਂ ਸਾਰੀਆਂ ਹੀ ਉਹਨੇ ਗੀਤ 'ਚ ਧੱਕ ਪਈਆਂ ਸੀ, ਕੁਝ ਬਚਿਆ ਹੀ ਨਹੀਂ, ਖਾਲੀ ਹੋ ਗਿਆ, ਸਾਰਾ ਕੁਝ ਬਾਹਰ ਕੱਢ ਦਿਓ, ਕਮਰਾ ਹੀ ਖਾਲੀ ਹੋ ਗਿਆ। ਆ ਕੇ ਵੈਗਨਰ ਨਾਲ ਗੱਲਾਂ ਪੈ ਗਿਆ, ਜਿਵੇਂ ਵੱਡੇ ਵੱਡੇ ਅਖਬਾਰ ਵਾਲਿਆਂ ਨੂੰ ਆਦਤਾਂ ਹੁੰਦੀਆਂ, ਜੀ ਤੁਸੀਂ ਕਿੰਝ ਗਾਉਂਦੇ ਹੋ, ਤੁਸੀਂ ਗਾਉਣਾ ਕਿੰਝ ਸਿੱਖਿਆ, ਤੁਸੀਂ ਪੜ੍ਹਨਾ ਕਿੰਝ ਸਿੱਖਿਆ, ਲੱਗ ਪਿਆ ਉਹਦੇ ਨਾਲ। ਉਹ ਕਹਿੰਦਾ ਜਾ ਯਾਰ ਮੈਨੂੰ ਕੀ ਪਤਾ ਕੀ ਗਾਉਣਾ ਅਤੇ ਕੀ ਨਹੀਂ। ਉਹ ਹਟਿਆ ਨਾ ਮਗਰ ਪੈ ਗਿਆ, ਤੁਸੀਂ ਦੱਸੋ, ਮੈਂ ਬੜਾ ਵੱਡਾ ਆਲੋਚਕ ਹਾਂ, ਮੈਂ ਤੁਹਾਡਾ ਯੂਰਪ ਦੀਆਂ ਅਖਬਾਰਾਂ 'ਚ ਤੁਹਾਡਾ ਛਾਪ ਦੂੰ, ਮੈਂ ਕਿਤਾਬਾਂ ਲਿਖ ਦੂੰ, ਮੈਂ ਲੇਖ ਲਿਖ ਦੂੰ, ਧਰਤੀ ਆਸ਼ਸ਼ਕਾਰ ਉੱਠੂਗੀ, ਤੁਸੀਂ ਦੇਖਿਓ ਕਿੱਡਾ ਨਜ਼ਾਰਾ ਬਣਦਾ, ਸਾਰੀ ਧਰਤੀ ਤੁਹਾਡੇ ਪੈਰਾਂ 'ਤੇ ਝੁਕਾ ਦਾਂਗਾ। ਵੈਗਨਰ ਕਹਿੰਦਾ ਉਹ ਮੈਨੂੰ ਕੱਖ ਨਹੀਂ ਪਤਾ ਯਾਰ। ਉਹ ਕਹਿੰਦਾ ਤੂੰ ਗਾਉਣਾ ਕਿੰਝ ਆ? ਹਟਿਆ ਹਟਾ ਨਾ ਜਦੋਂ, ਉਹ ਕਹਿੰਦਾ ਮੈਨੂੰ ਗਾਉਣਾ ਹੀ ਨਹੀਂ ਆਉਂਦਾ। ਉਹ ਕਹਿੰਦਾ ਵੀ ਸਾਡਾ ਪਾਗਲ ਤਾਲੇ ਕੀ ਕਰਦਾ, ਪਰ ਉਹਦੇ ਮਗਰ ਪੈ ਗਿਆ, ਉਹਨੂੰ ਇੰਟਰਸਟ ਸੀਗਾ। ਉਹ ਕਹਿੰਦਾ ਯਾਰ ਆ ਸਾਹਮਣੇ ਐਡੇ ਐਡੇ ਪਹਾੜ ਆ, ਕਹਿੰਦਾ ਮੈਂ ਦੇਖਦਾ ਮੇਰੇ ਸੀਨੇ ਨੂੰ ਧੂਹ ਪੈਂਦੀ ਉਹ, ਕਹਿੰਦਾ ਪਾਣੀ ਜਾਂਦਾ ਕੁਲ ਕੁਲ ਕਰਦਾ, ਆਵਾਜ਼ ਮਿੱਠੀ ਜਿਹੀ ਸੁੱਟਦਾ, ਕਹਿੰਦਾ ਮੇਰੇ ਅੰਦਰ ਧੂਹ ਪੈਂਦੀ ਉਹ, ਕਹਿੰਦਾ ਆਹ ਟਾਹਣੀਆਂ ਕਹਿੰਦਾ ਹਿੱਲਦੀਆਂ, ਠੰਡੀ ਜਿਹੀ ਹਵਾ ਆ ਕੇ ਮੇਰੇ ਪਿੰਡੇ 'ਤੇ ਵੱਜਦੀ ਆ, ਮੈਨੂੰ ਫੜ ਲੈਂਦੀ ਆ, ਮੈਨੂੰ ਘੁੱਟ ਲੈਂਦੀ ਆ, ਅਤੇ ਮੈਨੂੰ ਕਹਿੰਦਾ ਆਪਣੇ ਅੰਦਰ ਸਮਾ ਲੈਂਦੀ ਆ, ਮੇਰੇ ਅੰਦਰ ਤਰੰਗਾਂ ਜੀ ਉੱਠਦੀਆਂ, ਅਤੇ ਮੇਰੇ ਕੋਲ ਆਪ ਮੁਹਾਰਾ ਹੀ ਬੋਲਿਆ ਜਾਂਦਾ, ਕਹਿੰਦਾ ਮੈਨੂੰ ਨਹੀਂ ਪਤਾ ਗਾਉਣ ਗੁਣ ਕੀ ਹੁੰਦਾ, ਸਾਰਾ ਲਿਖੀ ਗਿਆ। ਇਹ ਮਾਰ ਦੇਗਾ ਇਹ ਬੰਦੇ ਨੂੰ, ਜਿਹੜਾ ਬੰਦਾ ਬੰਦੇ ਨੂੰ ਇੰਜੋਏ ਕਰਦੇ ਨੂੰ ਵਾਚ ਕਰਦਾ ਉਹ ਤਬਾਹ ਹੋ ਗਿਆ। ਇੰਜੋਏ ਕਰਦੇ ਨੂੰ ਇੰਜੋਏ ਕਰੋ, ਧਰਤੀ ਸੈਲੀਬ੍ਰੇਸ਼ਨ ਲਈ ਪੈਦਾ ਹੋਈ ਹੈ, ਰਿਕਾਰਡ ਪੈਦਾ ਕਰਨ ਲਈ ਨਹੀਂ ਪੈਦਾ ਹੋਈ, ਇਸ ਕਰਕੇ ਜਦੋਂ ਵੱਡਾ ਮੂਵਮੈਂਟ ਕ੍ਰੀਏਟ ਹੋ ਰਿਹਾ ਉਹਦੇ 'ਚ ਆਪਣੇ ਆਪ ਨੂੰ ਗਰਕ ਕਰਦੇ, ਬਸ ਇਹੀ ਤੁਹਾਡੀ ਪ੍ਰਾਪਤੀ ਆ। ਕਿਉਂਕਿ ਮੂਵਮੈਂਟ ਕਦੀ ਕਦੀ ਕ੍ਰੀਏਟ ਹੁੰਦਾ, ਆਮ ਲਾਈਫ ਨਹੀਂ ਇੰਨੀ ਪਾਵਰਫੁੱਲ ਹੁੰਦੀ, ਆਮ ਲਾਈਫ ਇੰਨੀ ਉੱਚੀ ਨਹੀਂ ਬੰਦੇ ਨੂੰ ਚੱਕ ਕੇ ਲੈ ਜਾਂਦੀ, ਆਮ ਲਾਈਫ ਤਾਂ ਥੱਲੇ ਰੱਖਦੀ ਹੈ ਰਗੜ ਕੇ। ਹੁਣ ਕਲਾਸ ਦਾ ਟਾਈਮ, ਟੀਚਰ ਨੇ ਡਾਂਟਣਾ, ਮੈਂ ਕੰਮ ਨਹੀਂ ਕੀਤਾ, ਮੇਰੇ ਕੱਪੜੇ ਨਹੀਂ ਤਿਆਰ, ਆਹ ਨਹੀਂ, ਆਮ ਲਾਈਫ ਦੇ ਕਦੀ ਕਦੀ ਉਹ ਪਲ ਕ੍ਰੀਏਟ ਹੁੰਦਾ, ਉਸ ਪਲ ਦੀ ਤਿਆਰੀ ਕਰੋ ਕਿ ਜਦੋਂ ਕ੍ਰੀਏਟ ਹੋ ਗਿਆ ਐਰ ਕੀ ਫੜ ਲੈਣਾ, ਛੱਡਣਾ ਨਹੀਂ।
ਬਸ ਇਹੀ ਤੁਹਾਨੂੰ ਚੀਜ਼ ਪਾਰ ਕਰੇਗੀ ਕਿਉਂਕਿ ਮੂਮੈਂਟ ਆਉਂਦੇ ਹਰ ਇੱਕ ਦੇ ਆਉਂਦੇ ਆ ਕਿਉਂਕਿ ਰੱਬ ਨੇ ਜਿਸਮ ਦਿੱਤਾ ਹਰ ਇੱਕ ਨੂੰ ਉਹ ਪਲ ਜ਼ਰੂਰ ਮਿਲਣਗੇ ਜਿਹਦੇ ਵਿੱਚ ਉਹ ਬਖਸ਼ਿਆ ਜਾਵੇ ਜਿਹਦੇ 'ਚ ਉਹ ਆਪਣੀ ਪਰਫੈਕਸ਼ਨ ਨੂੰ ਪਹੁੰਚ ਜਾਵੇ ਜਿਹਦੇ ਵਿੱਚ ਉਹਦੇ ਅੰਦਰਲਾ ਮਹਿਕ ਦਾ ਘੜਾ ਜਿਹੜਾ ਉਹ ਫਟ ਜਾਵੇ ਅਤੇ ਸਾਰੇ ਸਰੀਰ ਦੇ ਵਿੱਚ ਮਹਿਕ ਨੁੱਚੜ ਜਾਵੇ ਇਹ ਪਲ ਉਡੀਕ ਰਹੇ ਆ ਤੁਹਾਨੂੰ ਪਰ ਸਾਡੀ ਤਿਆਰੀ ਨਹੀਂ ਉਹ ਤਿਆਰੀ ਮਾਰਦੀ ਬੰਦਾ ਤਿਆਰੀ ਖੜੋ ਮਾਰਦਾ ਉਡੀਕਣਾ ਬਸ ਹੋਰ ਕੱਖ ਨਹੀਂ ਕਰਨਾ ਅਤੇ ਇੱਕ ਜਿੱਦ ਕਰਨੀ ਹੈ ਜਿਵੇਂ ਮੇਲੇ 'ਚ ਵਾਲ ਗੁੰਮ ਜਾਏ ਕਿਸ ਤਰ੍ਹਾਂ ਉਹਦੀਆਂ ਅੱਖਾਂ 'ਚੋਂ ਰੋਸ਼ਨੀ ਬਾਹਰ ਡੁੱਲਦੀ ਹੈ ਲੋਕਾਂ ਦੇ ਵਿੱਚ ਕਿ ਮੇਰੀ ਮਾਂ ਉਹ ਕਿੰਨੀ ਪਾਵਰ ਨਾਲ ਦੇਖਦਾ ਜਦੋਂ ਮੈਨੂੰ ਮਾੜਾ ਜਿਹਾ ਪੱਲਾ ਵੀ ਉੱਡਦਾ ਦੇਖ ਜੇ ਮਾਂ ਫੜ ਲੈਂਦਾ ਪੱਲਾ ਇਹ ਇੰਟੈਂਸਿਟੀ ਚਾਹੀਦੀ ਹੈ ਕਿ ਅਸੀਂ ਕਿਤੇ ਧਰਤੀ ਦੇ ਰੌਲਿਆਂ 'ਚ ਘੁੰਮਣਾ ਚਾਹੀਏ ਕਿਉਂਕਿ ਸਾਡਾ ਅਸਲੀ ਨਿਵਾਸ ਕਿਸੇ ਹੋਰ ਧਰਤੀ ਦੇ ਉੱਤੇ ਆ ਇੱਥੇ ਇੱਕ ਸਰਾਂ ਆ ਇਹ ਜੱਗ ਸਰਾਏ ਮੁਸਾਫਰਾਂ ਦੀ ਥੋੜ੍ਹਾ ਚਿਰ ਇੱਥੇ ਬਹਿਣਾ ਨਹੀਂ ਕਿਸੇ ਨੇ ਸਫ਼ਰ ਬਲੇਟੀਆਂ ਜਾ ਰਹੀਆਂ ਕਈ ਤੁਰ ਗਏ ਕਈ ਆ ਗਏ ਇਸ ਕਰਕੇ ਬੰਦੇ ਦੇ ਅੰਦਰ ਉਹ ਪਲ ਚਾਹੀਦਾ ਕਿ ਮੈਂ ਉਹ ਪਲ ਕਰਕੇ ਨਹੀਂ ਛੱਡਣਾ ਵੈਗਨਰ ਨੂੰ ਉਹ ਲੈਣਾ ਕਹਿੰਦਾ ਟੈਂਕ ਨਹੀਂ ਵੈਗਨਰ ਨੂੰ ਨਾ ਉਹਦੇ ਮਗਰ ਹੀ ਪੈ ਗਿਆ ਕਹਿੰਦਾ ਨਹੀਂ ਉਹ ਕਹਿੰਦਾ ਮੈਂ ਤੁਹਾਨੂੰ ਦੁਬਾਰਾ ਮਿਲਾਂਗਾ ਆ ਕੇ ਗਿਆ ਯੂਰਪ ਦੇ ਵਿੱਚ ਬੈਠਾ ਹਵਾਈ ਜਹਾਜ਼ 'ਤੇ ਉੱਥੇ ਪਹੁੰਚਿਆ ਜਾ ਕੇ ਠਾ ਠਾ ਕਰਦੀ ਕਿਤਾਬ ਲਿਖਦੀ ਵੈਗਨਰ ਡਿਸਕਵਰਡ ਵੈਗਨਰ ਲੱਭ ਗਿਆ ਅੱਡੀ ਮੋਟੀ ਕਿਤਾਬ ਸਾਰੇ ਰਸਾਲਿਆਂ 'ਚ ਭੇਜਤੀ ਯੂਰਪ 'ਚ ਫੈਲ ਗਈ ਸਾਰੇ ਸੰਗੀਤਕਾਰਾਂ ਕੋਲ ਫੈਲ ਗਈ ਲੋਕ ਹੈਰਾਨ ਵੀ ਸਾਡੇ ਨਾਲੋਂ ਵੱਡਾ ਕਿਹੜਾ ਪੈਦਾ ਹੋ ਗਿਆ ਇਹ ਕ੍ਰਿਟਿਕ ਤਾਂ ਬਹੁਤ ਤਗੜਾ ਆਲੋਚਕ ਬਹੁਤ ਤਗੜਾ ਕਿਤਾਬਾਂ ਸੋਹਣੀਆਂ ਲਿਖਦਾ ਵੀ ਇਹਨੂੰ ਸੱਚੀ ਲੱਭਿਆ ਹੋਣਾ ਕੋਈ ਦੇਖੀਏ ਵੀ ਕਿਹੜਾ ਸਾਰਿਆਂ ਨੇ ਚਿੱਠੀਆਂ ਪਾਈਆਂ ਵੀ ਤੇਰੀ ਕਿਤਾਬ ਬੜੀ ਕਮਾਲ ਪਰ ਜਿੰਨਾ ਚਿਰ ਬੰਦੇ ਦਾ ਸਾਨੂੰ ਗਾਉਣ ਨਹੀਂ ਸੁਣਾਉਂਦਾ ਅਸੀਂ ਨਹੀਂ ਮੰਨਦੇ ਬੰਦਾ ਲਿਆ ਲੱਭ ਕੇ ਗਿਆ ਵੈਗਨਰ ਕੋਲ ਕਹਿੰਦਾ ਵੈਗਨਰ ਯਾਰਾ ਵਿਵਸਥਾ ਬਣ ਗਈ ਆ ਵੀ ਤੈਨੂੰ ਮਨਾ ਤਾਂ ਮੈਂ ਦਿੱਤੀ ਦੁਨੀਆ ਵੀ ਤੂੰ ਕਮਾਲ ਆ ਪਰ ਕਹਿੰਦਾ ਵੀ ਅੱਖਾਂ ਨਾਲ ਕਹਿੰਦਾ ਦੇਖਣ ਦਾ ਝੱਸ ਬੰਦੇ ਦਾ ਪੂਰਾ ਨਹੀਂ ਹੁੰਦਾ ਫੇਥ ਕੀ ਚੀਜ਼ ਆ ਜੋ ਕਿਹਾ ਉਹ ਮੰਨ ਲਿਆ ਫੇਥ ਇਹ ਚੀਜ਼ ਆ ਗੁਨਾਹ ਕੀ ਚੀਜ਼ ਆ ਕਿ ਫੇਥ ਵਾਲੇ ਬੰਦੇ ਨੂੰ ਕਹੋ ਦਿਖਾ ਇਹ ਗੁਨਾਹ ਆ ਇਹ ਪਰਿਵਾਰਾਂ 'ਚ ਗੁਨਾਹ ਚੱਲਦੇ ਆ ਬਹੁਤ ਵੱਡੇ ਪਰਿਵਾਰਾਂ 'ਚ ਸ਼ੱਕ ਚੱਲਦੇ ਹੁੰਦੇ ਆ ਤੁਸੀਂ ਦੇਖੋ ਕਿਸ ਤਰ੍ਹਾਂ ਦੇ ਇਹ ਗੁਨਾਹ ਚੱਲਦੇ ਆ ਪੈਸੇ ਤੁਹਾਨੂੰ ਮਾਪੇ ਤੁਹਾਨੂੰ ਦੇਈ ਜਾਂਦੇ ਆ ਪਰ ਫੇਥ ਨਹੀਂ ਦਿੰਦੇ ਜਿਹਦੇ ਨਾਲ ਤੁਹਾਡਾ ਕਦਮ ਆਜ਼ਾਦ ਹੋ ਜਾਏ ਘਰਾਂ ਦੇ ਵਿੱਚ ਧੀਆਂ ਪੁੱਤਾਂ ਨੂੰ ਜਦੋਂ ਪਾਲਿਆ ਜਾਂਦਾ ਹੈ ਬੜੇ ਪੂਰੇ ਡਰਾਂ 'ਚੋਂ ਪਾਲੇ ਜਾਂਦੇ ਆ ਬੜੀਆਂ ਅਜੀਬ ਜੀਆਂ ਤੁਹਾਡੇ 'ਤੇ ਕੈਦਾਂ ਆ ਉਹਨਾਂ ਕੈਦਾਂ ਦੇ ਵਿੱਚ ਤੁਹਾਨੂੰ ਸੁੱਟ ਸੁੱਟ ਕੇ ਬਚਾ ਬਚਾ ਕੇ ਬੰਨ ਬੰਨ ਕੇ ਪਾਲਿਆ ਜਾਂਦਾ ਆਜ਼ਾਦ ਇਸਤਰੀ ਇਸਤਰੀ ਦੀ ਹਸਤੀ ਕੀ ਆ ਆਜ਼ਾਦ ਬੰਦਾ ਕੀ ਆ ਜਿਹੜੇ ਬੂਟੇ ਨੂੰ ਵੀ ਕਿਸੇ ਤੁਸੀਂ ਗਮਲੇ ਗੁਮਲੇ 'ਚ ਲਾ ਦਿਓ ਉਹ ਵੀ ਨਹੀਂ ਫੜਦਾ ਜਿਹਨੂੰ ਬੰਨ ਕੇ ਬੰਨ ਹੁਸਨੇ ਤਖਲੀਕ ਕੀ ਧਰਤੀ ਮੈਂ ਜੜੇ ਕਿਆ ਫੈਲੇ ਆਰਟ ਦੇ ਹੁਸਨ ਦੀਆਂ ਜੜਾਂ ਧਰਤੀ 'ਚ ਕੀ ਫੈਲਣ ਤੁਮਨੇ ਇਨਸਾਨ ਕੋ ਗਮਲੇ ਮੇਂ ਸਜਾ ਰੱਖਾ ਗਮਲੇ 'ਚ ਬੰਦਾ ਇਹ ਨਹੀਂ ਪੜ ਸਕਦਾ ਬੋਟ ਨੂੰ ਗਮਲੇ 'ਚ ਲਾ ਦਿਓ ਉਹ ਵੀ ਬੋਣਾ ਜਿਹਾ ਰਹਿ ਜੂਗਾ ਸਰਕਸ ਦੇ ਵਿੱਚ ਕੰਮ ਕਰਨ ਵਾਲਾ ਆਜ਼ਾਦ ਨਹੀਂ ਹੁੰਦਾ ਆਜ਼ਾਦ ਤਬੀਅਤ ਆਜ਼ਾਦ ਲੋਕ ਇਹ ਇੱਕ ਗੱਲ 'ਚੋਂ ਪੈਦਾ ਹੁੰਦੇ ਆ ਫੇਥ 'ਚ ਉਹ ਕਹਿੰਦਾ ਯਾਰਾ ਅੱਖਾਂ ਨਾਲ ਦੇਖਣਾ ਚਾਹੁੰਦੇ ਮੇਰੇ 'ਤੇ ਯਕੀਨ ਨਹੀਂ ਕੀਤਾ ਤੂੰ ਚੱਲ ਉਹ ਕਹਿੰਦਾ ਮੈਨੂੰ ਨਹੀਂ ਗਾਉਣਾ ਆਉਂਦਾ ਤੇਰੀ ਬੇਇੱਜ਼ਤੀ ਹੋ ਜਾਊ ਤੂੰ ਰਹਿਣ ਦੇ ਆਵੇ ਪੰਗਾ ਨਾ ਲੈ ਅਸੀਂ ਪਹਾੜਾਂ ਵਾਲੇ ਬੰਦੇ ਪਹਾੜਾਂ 'ਚ ਠੀਕ ਆ ਰਹਿਣ ਦੇ ਜਾ ਉਹ ਮੰਨਿਆ ਨਾ ਕਹਿੰਦਾ ਮੈਂ ਤੇ ਉੱਥੇ ਨਾ ਹਾਲ ਬੁੱਕ ਕਰਾਇਆ ਸੀਟਾਂ ਬੁੱਕ ਆ ਸਾਰੇ ਯੂਰਪ ਦੇ ਬੰਦੇ ਆ ਰਹੇ ਉੱਥੇ ਅਤੇ ਹਾਲ ਬੁੱਕ ਹੋ ਚੁੱਕੇ ਪੈਸੇ ਸਾਰੇ ਲੈ ਚੁੱਕਾ ਆ ਤੇਰਾ ਸ਼ੋਅ ਬੁੱਕ ਆ ਮਸ਼ਹੂਰੀ ਬੜੀ ਹੋ ਗਈ ਆ ਤੈਨੂੰ ਚੱਲਣਾ ਹੀ ਪੈਣਾ ਉਹ ਕਹਿੰਦਾ ਫਿਰ ਨਾ ਕਹੀਂ ਛਿੱਤਰ ਬਹੁਤ ਪੈਣਗੇ ਮੇਰਾ ਕਿਹੜਾ ਪਤਾ ਕੋਈ ਕਿੱਧਰ ਨੂੰ ਚੱਲੇ ਜਾ ਉਹ ਕਹਿੰਦਾ ਨਹੀਂ ਵੀ ਵਿਹਲੀ ਚੱਲ ਤੂੰ ਐਂ ਗੱਲ ਨਹੀਂ ਬਣਦੀ ਉਹ ਲਓ ਜੀ ਉਹ ਕਹਿੰਦਾ ਹੋਣੀ ਤੇਰੀ ਬੇਇੱਜ਼ਤੀ ਆ ਤੇਰੀ ਮਰਜ਼ੀ ਆ ਵੀ ਮੈਂ ਵੈਸੇ ਜਾਣਾ ਨਹੀਂ ਚਾਹੁੰਦਾ ਕਹਿੰਦਾ ਨਹੀਂ ਨਹੀਂ ਚੱਲ ਤੂੰ ਉਹਨੂੰ ਲੈ ਗਿਆ ਕਹਿੰਦਾ ਮੈਂ ਸਟੇਜ 'ਤੇ ਦਰਖਤ ਲਵਾ ਦੂੰ ਤੂੰ ਕਹਿੰਦਾ ਦਰਖਤ ਹੀ ਕਹਿੰਦਾ ਮੈਂ ਸਟੇਜ 'ਤੇ ਲਵਾ ਦੂੰ ਉਹ ਕਹਿੰਦਾ ਯਾਰਾ ਫਿਰ ਨਾ ਕਹੀਂ ਵੀ ਮੇਰਾ ਨਹੀਂ ਉਹ ਸੁਭਾਅ ਵੀ ਮੈਨੂੰ ਕਿਹੜਾ ਗਾਉਣਾ ਆਉਂਦਾ ਵੀ ਆਪਣੇ ਤੋਂ ਕੁਝ ਹੋ ਜਾਏ ਗਾਲੀ ਦਾ ਉਹ ਕਹਿੰਦਾ ਨਹੀਂ ਨਹੀਂ ਤੂੰ ਚੱਲ ਉਹ ਲੈ ਗਿਆ ਉਹਨੂੰ ਧੱਕੇ ਨਾਲ ਵੈਗਨਰ ਜਾ ਕੇ ਬਹਿ ਗਿਆ ਧੌਣ ਨੀਵੀਂ ਕਰਕੇ ਦਰਖਤ ਪਿੱਛੇ ਲੱਗਾ ਦਾ ਜਿਹਦੇ ਪੱਤੇ ਜਿਹੜੇ ਕਿਤੇ ਲੋਕ ਬੈਠੇ ਕਾਲੇ ਚਿੱਟੇ ਸੂਟ ਪਾਈ ਦੇਖ ਰਹੇ ਵੈਗਨਰ ਨੂੰ ਕਿਤਾਬ ਪੜ੍ਹੀ ਹੋਈ ਹੈ ਸਭ ਨੇ ਵੈਗਨਰ ਦੇਖ ਰਹੇ ਉਹਨੂੰ ਵੈਗਨਰ ਨੇ ਥੱਲੇ ਕੀਤੀਆਂ ਦੀਆਂ ਅੱਖਾਂ ਉਹਨੂੰ ਫੀਲ ਹੋ ਰਿਹਾ ਸੈਂਸਿਟਿਵ ਲੋਕਾਂ ਦੀਆਂ ਅੱਖਾਂ ਫੀਲ ਹੋ ਰਹੀਆਂ ਇਮੈਜੀਨੇਸ਼ਨ 'ਚ ਮੈਨੂੰ ਦੇਖ ਰਹੇ ਡਿਸਟਰਬ ਹੋ ਰਿਹਾ ਇਕੱਠਾ ਹੋ ਜਾਂਦਾ ਵੀ ਮੈਨੂੰ ਦੇਖ ਰਹੇ ਆ ਲੋਕ ਵੀ ਮੈਂ ਗਾਵਾਂਗਾ ਵੀ ਮੈਂ ਤਾਂ ਗਾਉਂਦਾ ਪਹਾੜ ਦੇ ਵਿੱਚੋਂ ਚਸ਼ਮਾ ਕੁੱਲ ਕੁੱਲ ਵਗੇ ਹਵਾ ਦੇ ਵਿੱਚੋਂ ਸਰ ਸਰ ਕਰਦੀ ਦਰਖਤ 'ਚੋਂ ਹਵਾ ਮੇਰੇ ਮੱਥੇ ਦੇ ਆ ਕੇ ਵੱਜੇ ਮੀਂਹ ਦੀ ਬੂੰਦ ਕੋਈ ਆਕਾਸ਼ 'ਚੋਂ ਟਪਕੇ ਤੇ ਮੇਰੇ ਮੱਥੇ ਦੇ ਵੱਜੇ ਮੈਨੂੰ ਠੰਡ ਜੀ ਅੰਦਰ ਚੜਾਵੇ ਮੈਂ ਕਦਾ ਕੁਦਰਤ 'ਚ ਗਾਉਂਦਾ ਆਹ ਲੋਕ ਮੈਨੂੰ ਦੇਖੀ ਜਾਂਦੇ ਆ
ਵੀ ਮੈਂ ਕੀ ਗਾਵਾਂ। ਉਹਨੇ ਮਾੜਾ ਜਿਹਾ ਦੇਖਿਆ, ਸਭ ਦੀਆਂ ਅੱਖਾਂ ਐਂ ਗੱਲਾਂ ਕਰਾ ਹੈ, ਕਿਉਂਕਿ ਰੂਹ ਵਾਲੇ ਬੰਦੇ ਨਿਆਣੇ ਜਿਹੇ ਹੁੰਦੇ, ਇਹਨਾਂ ਨੂੰ ਪਾਲਣਾ ਪੈਂਦਾ, ਇਹਨਾਂ ਨੂੰ ਪਾਲਣਾ ਪੈਂਦਾ ਤਾਂ ਇਹ ਸ੍ਰਿਸ਼ਟੀ ਨੂੰ ਪਾਲਦੇ ਆ। ਜਿਹੜੇ ਘਰ 'ਚ ਬੱਚੇ ਨੂੰ ਪਾਲਣਾ ਪੈਂਦਾ ਤਾਂ ਉਹ ਘਰ 'ਚ ਰੌਣਕ ਸੁੱਟਦਾ, ਰੌਣਕ ਦੀਆਂ ਬੁੱਕਾਂ ਜਿਹੜੀਆਂ ਜਵਾਬ ਦਿੰਦਾ ਸਾਰੇ ਕੋਨਿਆਂ ਦੇ ਵਿੱਚ, ਘਰ ਚੌਂਕਣ ਲੱਗ ਪੈਂਦਾ ਬੰਦਿਆਂ, ਇਸਤਰੀ ਪੁਰਖ ਦੇ ਆਪਣੇ ਕਲੇਸ਼ ਖਤਮ ਹੋ ਜਾਂਦੇ ਆ ਜਿਹਨਾਂ ਘਰਾਂ ਦੇ ਵਿੱਚ ਬੱਚੇ ਚੜ੍ਹਦੇ ਆ, ਉਹ ਇੱਕ ਦੂਜੇ ਦੇ ਫੇਸ ਕਰਨਾ ਸ਼ੁਰੂ ਕਰ ਦਿੰਦੇ ਆ, ਕਿਉਂਕਿ ਉਹਨਾਂ ਨੇ ਇੱਕ ਸਾਂਝੀ ਲਾਈਫ ਦਾ ਸੋਮਾ ਮਿਲ ਗਿਆ। ਕੀ ਹੋਇਆ ਜੇ ਅਸੀਂ ਆਪ ਇੱਕ ਥਾਂ ਨਹੀਂ ਢਲ ਸਕੇ, ਇਸ ਜੋਤ ਦੇ ਰਾਹੀਂ ਅਸੀਂ ਜੀਵਨ ਬਸ਼ਰ ਕਰ ਸਕਦੇ ਹਾਂ। ਇਸ ਫੇਸ ਨਾਲ ਬਹੁਤ ਟੱਬਰ ਬਣ ਰਹੇ ਧਰਤੀ ਦੇ ਉੱਤੇ। ਇੰਜ ਜਿਹੜਾ ਆ ਵੈਗਨਰ ਭੋਲਾ ਬੱਚਾ ਨਿਆਣਾ ਘੁੱਗੀ ਵਰਗਾ, ਚੂਚੇ ਵਰਗਾ, ਬਲੂਮੜੇ ਵਰਗਾ ਇਕੱਠਾ ਹੋਈ ਜਾਂਦਾ ਵੀ ਇਹ ਬੰਦੇ ਮੇਰੇ ਵੱਡੇ ਦੇ ਟੰਡ ਟੰਡ ਕੀ ਮੇਰੇ ਚੋਂ ਲੱਭ ਰਹੇ ਆ, ਸੰਗੀਤ ਦੇ ਐਲੀ ਅੱਖਾਂ ਨਹੀਂ ਪੜਾਉਂਦਾ, ਇਹ ਕੀ ਮੇਰੇ ਚੋਂ ਕੱਢਣਾ ਚਾਹੁੰਦੇ ਆ, ਇਹਨਾਂ ਦੇ ਪੰਜਿਆਂ ਵਾਂਗੂ ਅੱਖਾਂ ਕੱਢੀਆਂ। ਵੈਗਨਰ ਡਿਸਟਰਬ ਹੋ ਗਿਆ, ਛਾਲ ਮਾਰ ਕੇ ਉੱਪਰ ਚੜ੍ਹ ਗਿਆ ਦਰਖਤ ਦੇ, ਦੋ ਤਿੰਨ ਅਵਾ ਤਵਾ ਚੀਕਾਂ ਮਾਰੀਆਂ, ਕੂਕਾਂ ਮਾਰੀਆਂ, ਲੋਕਾਂ ਨੇ ਛਿੱਤਰ ਮਾਰੇ, ਵਗਾ ਵਗਾ ਬੰਦਾ ਲੱਭਣ ਵਿੱਚ ਕਿੰਨੇ ਲਿਖੇ ਸੀ ਕਿਤਾਬ, ਬੜਾ ਕੁੱਟਿਆ ਉਹਨੇ ਕਿਤਾਬ ਲਿਖੀ, ਵੈਗਨਰ ਗੁੰਮ ਗਿਆ। ਵੈਗਨਰ ਫਿਰ ਉੱਥੇ ਪਹਾੜਾਂ 'ਚ ਜਾ ਕੇ ਬੈਠਾ, ਹਵਾ ਚੱਲੀ ਸਰ ਸਰ ਸਰ, ਪਾਣੀ ਟੱਪਿਆ ਟੱਪ ਟੱਪ ਟੱਪ, ਪਹਾੜ ਨੇ ਆਪਣੇ ਦਰਸ਼ਨ ਦਿੱਤੇ, ਪਾਣੀ ਕੁੱਲ ਕੁੱਲ ਕਰਕੇ ਵਗੇ, ਉਹਦੇ ਅੰਦਰਲੀ ਮਸਤੀ ਪੈਦਾ ਹੋਈ, ਉਹਨੇ ਫਿਰ ਗਾਇਆ। ਕੁਦਰਤ ਨੇ ਉਸ ਗੀਤ ਨੂੰ ਸਮਝਿਆ। ਇਸ ਕਰਕੇ ਬਾਣੀ ਨੂੰ ਸੁਣਨਾ ਬਾਣੀ ਵਰਗੇ ਹੋਣਾ ਪਏਗਾ, ਉਹਨਾਂ ਸੰਗੀਤਕਾਰਾਂ ਵਾਂਗੂ ਜੇ ਐਂ ਬੈਠੇ ਰਹੇ ਇੱਥੇ ਆ ਗਏ ਨਹੀਂ ਹੋਊਗਾ, ਵਜੇ ਵਿਦਵੀ ਆ, ਬਹਿਣਾ ਵੀ ਵਿਦਵੀ ਆ, ਗੁਰਦੁਆਰੇ ਆਉਣਾ ਵੀ ਵਿਦਵੀ ਆ, ਜੇ ਉਸ ਪੈਸ਼ਨ ਹੀ ਨਹੀਂ ਆ। ਰਾਧਾ ਤੁਸੀਂ ਜੈ ਦੇਵ ਦੀ ਪੜ੍ਹੋ ਗੀਤ ਗੋਬਿੰਦ, ਰਾਧਾ ਆਪਣੇ ਜਿਸਮ ਦਾ ਸ਼ਿੰਗਾਰ ਕਰ ਰਹੀ ਆ, ਲਾਲ ਰੰਗ ਦੇ ਵਿੱਚ ਉਹਨੇ ਪੇਂਟ ਕੀਤਾ ਰਾਧਾ ਨੂੰ, ਤਾਂ ਕਿ ਇਸ ਲਾਲ ਰੰਗ ਦੇ ਰਾਹੀਂ ਰਾਧਾ ਦੀ ਆਤਮਾ ਦੇ ਦਰਸ਼ਨ ਕਰਾਏ ਜਾ ਸਕਣ। ਜੈਦੇਵ ਨੇ ਪੇਂਟ ਕੀਤਾ ਉਹਨੂੰ, ਉਹਦੇ ਵਿੱਚ ਉਹਦੇ ਫੋਟੋ ਬਣਾਈ ਹੈ, ਫੋਟੋ ਦਾ ਮਤਲਬ ਲਫਜ਼ਾਂ ਦੇ ਨਾਲ ਫੋਟੋ ਬਣਾਈ ਹੈ, ਲਫਜ਼ਾਂ ਦੇ ਨਾਲ ਉਹਨੂੰ ਐਂ ਪੇਂਟ ਕੀਤਾ। ਇੰਨਾ ਲਾਲ ਸੁਰਖ ਹੋ ਕੇ ਬੰਦਾ ਗੁਰੂ ਦੇ ਸਾਹਮਣੇ ਬੈਠੇ, ਫਿਰ ਬਾਣੀ ਅਸਰ ਕਰਦੀ ਆ, ਨਹੀਂ ਤਾਂ ਮੁਸ਼ਕਲ ਘੜੀਆਂ। ਇਸ ਕਰਕੇ ਚਲੋ ਆਪਾਂ ਨਵਾਣੇ ਬੰਦੇ ਸਾਰੇ ਇਹਨਾਂ ਪਲਾਂ ਨੂੰ ਇੰਜੋਏ ਕਰੋ, ਜਿਵੇਂ ਵੈਗਨਰ 'ਤੇ ਪਲ ਆਉਂਦਾ, ਪਰ ਵੈਗਨਰ ਕੋਲ ਉਹ ਪਾਵਰ ਆ ਕਿ ਉਹਨੂੰ ਆਪਣੇ ਅੰਦਰ ਸਮਾ ਸਕਦਾ, ਉਹਨੂੰ ਵੇਚਦਾ ਨਹੀਂ, ਉਹਦਾ ਪਖੰਡ ਨਹੀਂ ਕਰ ਰਿਹਾ, ਉਹਦੀ ਬਲੌਟੀ ਕਿਸਮ ਦੀ ਕੜਸੀ ਨਹੀਂ ਪੈਦਾ ਕਰ ਰਿਹਾ ਵੀ ਹਾਂਜੀ ਹੁਣ ਆਹ ਕਰਨਾ ਹੀ ਕਰਨਾ। ਫਾਰਮੈਲਿਟੀਜ਼ ਕਦੀ ਵੀ ਬੰਦੇ ਨੂੰ ਵੱਡਾ ਨਹੀਂ ਕਰਨਗੀਆਂ। ਆਜ਼ਾਦ ਬੰਦੇ ਜਦੋਂ ਤੁਹਾਡੇ ਘਰਾਂ 'ਚ ਮਹਿਮਾਨ ਆਉਂਦੇ ਆ, ਤੁਸੀਂ ਫਾਰਮੈਲਿਟੀ ਕਰੋਗੇ, ਇਹਦਾ ਮਤਲਬ ਮਹਿਮਾਨ ਜ਼ਿਆਦਾ ਚਿਰ ਨਹੀਂ ਖੜ ਸਕਦਾ ਉੱਥੇ, ਉਹ ਦੋ ਦਿਨ ਦਾ ਮਹਿਮਾਨ ਹੀ ਰਹੇਗਾ। ਜੇ ਸਾਦਗੀ 'ਚ ਪੇਸ਼ ਆਉਂਦੇ ਹੋ, ਮਹਿਮਾਨ ਤੁਹਾਡੇ ਘਰ ਦਾ ਜੀ ਬਣ ਕੇ ਪੈਂਦਾ। ਲੋਕਾਂ 'ਚ ਘਰਾਂ 'ਚ ਅੰਨ ਵੱਧ ਗਏ, ਕਮਰੇ ਵੱਧ ਗਏ, ਸਹੂਲਤਾਂ ਵੱਧ ਗਈਆਂ, ਮਹਿਮਾਨ ਘੱਟ ਗਏ, ਰਸੋਈਆਂ ਕਮਜ਼ੋਰ ਹੋ ਗਈਆਂ, ਮਾਵਾਂ ਦੇ ਉਹ ਦਿਲ ਘੱਟ ਗਏ, ਕਿਉਂਕਿ ਬੰਦੇ ਦੇ ਅੰਦਰਲੇ ਅਸਮਾਨ ਸੰਗੜ ਗਏ। ਇਸ ਕਰਕੇ ਇਹਨਾਂ ਪਲਾਂ ਨੂੰ ਧਰਤੀ 'ਤੇ ਲੱਭੋ, ਜਿਵੇਂ ਪਪੀਹਾ ਜਿਹੜਾ ਆ ਉਸ ਬੂੰਦ ਦੀ ਤਲਾਸ਼ ਕਰਦਾ ਆ, ਜਿਹੜੀ ਬੂੰਦ ਉਹਦੇ ਸਿਰ 'ਚ ਮੋਰੀ ਹੁੰਦੀ ਹੈ ਪਪੀਹੇ ਦੇ, ਉਹ ਬੂੰਦ ਇੱਥੇ ਪਵੇ ਤਾਂ ਉਹਦੀ ਪਿਆਸ ਬੁੱਝਦੀ ਹੈ, ਨਹੀਂ ਤਾਂ ਉਹਨੇ ਪ੍ਰਿਯੂ ਪ੍ਰਿਯੂ ਕਰੀ ਜਾਣਾ। ਦੁਪਹਿਰਾਂ ਨੂੰ ਟਾਹਲੀਆਂ 'ਤੇ ਬੈਠਾ ਤਾਂ ਤੂੰ ਕਿੰਨਾ ਮਿੱਠਾ ਜਿਹਾ ਬੋਲਦਾ ਹੁੰਦਾ, ਕਿ ਬਹੁਤ ਵੱਡੇ ਤੜਕੇ ਬੋਲਦਾ ਹੁੰਦਾ ਪਪੀਹਾ, ਉਹਦੀ ਕਿੰਨੀ ਮਿੱਠੀ ਆਵਾਜ਼ ਆ, ਪਾਣੀ ਨਹੀਂ ਜਾਂ ਪੀਂਦਾ। ਉਹੀ ਬੂੰਦ ਪਵੇ ਇੱਥੇ ਪਵੇ ਸਿਰ 'ਚ ਮੋਰੀ ਹੁੰਦੀ ਹੈ, ਫਿਰ ਉਹਦੇ ਹਲਕ 'ਚ ਉਤਰਦੀ ਆ, ਉਹਦੀ ਪਿਆਸ ਬੁੱਝਦੀ ਹੈ, ਨਹੀਂ ਤਾਂ ਲੱਗਾ। ਇਸ ਕਰਕੇ ਉੱਜੜੇ ਜੇ ਰਹਿਣਾ, ਅਧੂਰੇ ਜੇ ਰਹਿਣਾ, ਥੋੜ੍ਹੇ 'ਚ ਰਹਿਣਾ, ਤਿਆਗ 'ਚ ਰਹਿਣਾ, ਚੀਜ਼ਾਂ ਦੀ ਘਾਟ ਨੂੰ ਜਿਉਣਾ, ਇਹ ਵੱਡੀ ਗੱਲ ਆ, ਬਸ਼ਰਤੇ ਕਿ ਆਪਣਾ ਸਟੈਂਡਰਡ ਛੋਟਾ ਕਰਕੇ ਚੀਜ਼ਾਂ ਦੀ ਹਵਸ ਨੂੰ ਪੂਰੇ ਕਰਨਾ। ਜਿਹੜਾ ਆਪਣੇ ਸਟੈਂਡਰਡ ਨੂੰ ਮੇਨਟੇਨ ਕਰ ਗਿਆ, ਆਪਣੇ ਲੈਵਲ ਨੂੰ ਮੇਨਟੇਨ ਕਰ ਗਿਆ, ਉਹ ਬੰਦਾ ਬਖਸ਼ਿਸ਼ ਦਾ ਹੱਕਦਾਰ ਆ, ਵੱਡੇ ਜੀਵਨ ਦਾ ਹੱਕਦਾਰ ਆ, ਉਸਦੇ ਰੱਬ ਦੇ ਨਿਯਮ ਦੇ ਵਿੱਚ ਮਿਹਰ ਦਾ ਉਤਰਨਾ ਉਸਤੇ ਬੜਾ ਕੁਦਰਤੀ ਹੈ। ਉਹੀ ਬੰਦੇ ਦਾ ਕਦਮ ਧਰਤੀ 'ਤੇ ਯਾਦਗਾਰ ਰਹੇਗਾ। ਇੰਨੀਆਂ ਸੇਵਾਵਾਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।